ਤੇ ਆਪਾਂ ਦੋ ਸ਼ਬਦ ਅੱਜ ਕਰਨੇ ਆ। ਇੱਥੇ ਸਾਰਾ ਨਿਚੋੜ ਆਪਾਂ ਅੱਜ ਕੱਢਣਾ ਹੈ। ਇਹ ਗੁਰਬਾਣੀ ਪਾਠ ਕਰਨ ਵਾਸਤੇ ਬਣਾਈ ਸੀ। ਜਾਂ ਸਮਝਣ ਵਾਸਤੇ ਬਣਾਈ ਸੀ ਜਾਂ ਗੁਰਬਾਣੀ ਦਾ ਕਹਿਣਾ ਮੰਨਣ ਵਾਸਤੇ ਬਣਾਈ ਸੀ। ਅੱਪਾ ਪਹਿਲਾ ਸ਼ਬਦ ਲੈ ਰਹੇ ਆਂ ਸ਼ਲੋਕ ਮਹੱਲਾ ਤੀਜਾ ਗੁਰੂ ਅਮਰਦਾਸ ਪਾਤਸ਼ਾਹ ਪੋਥੀ ਪੰਨਾ ਨੰਬਰ 1246 ਸ਼ਲੋਕ ਮਹੱਲਾ ਤੀਜਾ ਪੜ ਪੜ ਪੰਡਿਤ ਮੋਨੀ ਥੱਕੇ ਦੇਸੰਤਰ ਭਵ ਥੱਕੇ ਭੇਖ ਧਾਰੀ ਗਿਆਨੀ ਲੋਕ ਧਾਰਮਿਕ ਪੁਸਤਕਾਂ ਪੜ੍ਹ-ਪੜ ਕੇ ਥੱਕ ਗਏ ਤੇ ਭੇਖੀ ਲੋਕ ਦੂਰ ਦੇਸ਼ਾਂ 'ਚ ਘੁੰਮ-ਘੁੰਮ ਕੇ ਥੱਕ ਗਏ ਦੂਜਾ ਪਾਏ ਨਾਓ ਕਦੇ ਨਾ ਪਾਇਨ ਦੁੱਖ ਲੱਗਾ ਅਤਿ ਭਾਰੀ ਦੂਜਾ ਭਾ ਮਾਇਆ ਪ੍ਰਵਿਰਤੀ ਵਾਲੇ ਲੋਕ ਕਦੇ ਵੀ ਨਾਮ ਦੀ ਪ੍ਰਾਪਤੀ ਨਹੀਂ ਕਰ ਸਕਦੇ ਤੇ ਉਹ ਹਮੇਸ਼ਾ ਜਨਮ ਮਰਨ ਦੇ ਦੁੱਖਾਂ ਵਿੱਚ ਫਸੇ ਰਹਿੰਦੇ ਮੂਰਖ ਅੰधे ਤ੍ਰੈ ਗੁਣ ਸੇਵੈ ਮਾਇਆ ਕੈ ਬਿਉਹਾਰੀ ਮਾਇਆ ਦੇ ਬਿਵਹਾਰੀ ਮਾਇਆ ਦੇ ਵਪਾਰੀ ਬਣੇ ਰਹਿਣ ਕਰਕੇ ਮੂਰਖ ਤੇ ਅੰਨੇ ਗਿਆਨ ਵਿਹੂਣੇ ਲੋਕਾਂ ਨੂੰ ਇਹ ਉਪਾਧੀ ਦਿੱਤੀ ਹੈ ਸਿੰਪਲੀ ਦਿੱਤੀ ਹੈ ਮੂਰਖ ਤੇ ਅੰਨੇ ਅਸੀਂ ਬੰਦੇ ਦੀ ਜੂਨ ਲੈ ਕੇ ਆਏ ਆ ਮਾਨਸ ਜਨਮ ਦੁਲੰਭ ਹੈ ਅਸੀਂ ਨਾ ਮੂਰਖ ਰਹਿਣਾ ਨਾ ਅਸੀਂ ਅੰਨੇ ਰਹਿਣਾ ਆਤਮਿਕ ਲੈਵਲ ਦੇ ਉੱਤੇ ਗਿਆਨ ਵੀ ਹੋਣੇ ਨਹੀਂ ਰਹਿਣਾ ਅਸੀਂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਸਾਨੂੰ ਨਾਮ ਦੀ ਦਾਤ ਬਖਸ਼ੀ ਹੈ ਸੋ ਅਸੀਂ ਬਾਣੀ ਦਾ ਵਿਚਾਰ ਕਰਨਾ ਹੈ ਔਰ ਉਹ ਵਿਚਾਰ ਨੂੰ ਆਪਣੇ ਅੰਦਰ ਢਾਲਣਾ ਮੂਰਖ ਅੰਦੇ ਤ੍ਰੈ ਗੁਣ ਸੇਵੇਂ ਮਾਇਆ ਕਹਿ ਬਿਵਹਾਰੀ ਸੋ ਮਾਇਆ ਦੇ ਵਪਾਰੀ ਬਣੇ ਰਹਿਣ ਕਰਕੇ ਗਿਆਨ ਵਿਹੋਣੇ ਲੋਕ ਰਜੋ ਤਮੋ ਸਤੋ ਵਿੱਚ ਗਵਾਚੇ ਰਹਿੰਦੇ ਆ ਰਜੋ ਤਮੋ ਸਤੋ ਇੱਕ ਸਿਰਫ ਆਪਣੇ ਵਾਸਤੇ ਦੂਸਰਾ ਆਪਣੇ ਪਰਿਵਾਰ ਵਾਸਤੇ ਤੇ ਤੀਸਰਾ ਲੋਕਾਂ ਵਾਸਤੇ ਇਹ ਇਹ ਤ੍ਰੈ ਗੁਣ ਦਾ ਗੇੜ ਆ ਇਹਦੇ ਇਹਦੇ ਬਾਬਤ ਆਪਾਂ ਪਹਿਲਾਂ ਵਿਚਾਰ ਕਰ ਆਏ ਆ ਲੇਕਿਨ ਅੱਗੇ ਜਦੋਂ ਆਪਾਂ ਇਹ ਟੌਪਿਕ ਛੋਵਾਂਗੇ ਤ੍ਰੈ ਗੁਣਾ ਦਾ ਉਹਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਜਾਵਾਂਗੇ ਸੋ ਅੰਦਰ ਕਪਟ ਉਦਰ ਭਰਨ ਕੈ ਤਾਈ ਪਾਠ ਪੜੇਗਾ ਵਾਰੀ ਆ ਗਿਆ ਜੀ ਸਾਡਾ ਟੌਪਿਕ ਧਾਰਮਿਕ ਪੁਸਤਕਾਂ ਦਾ ਪਾਠ ਇਸ ਲਈ ਕਰਦੇ ਆ ਤਾਂ ਕਿ ਉਹਨਾਂ ਦਾ ਤੋਰੀ ਫੁਲਕਾ ਚੱਲਦਾ ਰਹੇ ਉਹਨਾਂ ਦੀ ਰੋਟੀ ਚੱਲਦੀ ਰਹੇ ਪਰ ਉਹਨਾਂ ਦੇ ਅੰਦਰ ਦਾ ਕਪਟ ਜਾਨੀ ਪਾਪ ਵਰਤੀ ਕਦੇ ਖਤਮ ਨਹੀਂ ਹੁੰਦੀ ਕਿਉਂਕਿ ਉਹ ਆਪ ਉਹਦੇ ਤੇ ਅਮਲ ਨਹੀਂ ਕਰਦੇ ਉਹ ਸਿਰਫ ਇੱਕ ਕੰਮ ਵਜੋਂ ਇੱਕ ਕਿਤੇ ਵਜੋਂ ਨੂੰ ਯੂਜ਼ ਕਰ ਰਹੇ ਆ ਅੰਦਰ ਕਪਟ ਕਪਟ ਦੇ ਟੈਂਕੇ ਨੂੰ ਔਂਕਰ ਹੈ ਇਹ ਰੈਣਾ ਹੀ ਰੈਣਾ ਜੀ ਕਰਨਾਮ ਦਾ ਅਭਿਆਸ ਨਹੀਂ ਹੈ ਉਧਰ ਪਰਣ ਕੇ ਤਾਈ ਪਾਠ ਪੜੇਗਾ ਵਾਰੀ ਸਿਰਫ ਉਹ ਆਪਣੇ ਦੁਨਿਆਵੀ ਕਮਾਈ ਕਰਨ ਵਾਸਤੇ ਜਿਹੜੇ ਪ੍ਰੋਫੈਸ਼ਨਲ ਲੋਗ ਨੇ ਇਹ ਬਾਣੀ ਇਸ ਕਰਕੇ ਨਹੀਂ ਸੀ ਬਣੀ ਕਿ ਬਾਣੀ ਨੂੰ ਕੀਤਾ ਬਣਾਇਆ ਜਾਵੇ ਬਾਣੀ ਦੇ ਨਾਲ ਕਮਾਈ ਕੀਤੀ ਜਾਏ ਦੁਨਿਆਵੀ ਬਾਣੀ ਇਸ ਕਰਕੇ ਬਣੀ ਸੀ ਕਿ ਬਾਣੀ ਦੇ ਨਾਲ ਬਾਣੀ ਦਾ ਗਿਆਨ ਲੈ ਕੇ ਆਪਣੇ ਜੀਵਨ ਨੂੰ ਸਿੱਧਾ ਕੀਤਾ ਜਾ ਸਕੇ ਪਰਮਾਤਮਾ ਦੀ ਪ੍ਰਾਪਤੀ ਵਾਲੇ ਰਸਤੇ ਤੇ ਤੁਰਿਆ ਜਾ ਸਕੇ ਕੋਈ ਕੋਈ ਇਤਰਾਜ਼ ਨਹੀਂ ਸਾਨੂੰ ਜੇਕਰ ਉਹ ਲੋਕ ਪ੍ਰੋਫੈਸ਼ਨ ਬਣਾ ਵੀ ਲੈਂਦੇ ਐ ਲੇਕਿਨ ਗੁਰਬਾਣੀ ਤੇ ਅਮਲ ਕਰ ਰਹੇ ਐ ਨਾਮ ਦਾ ਅਭਿਆਸ ਕਰ ਰਹੇ ਐ ਜਾਂ ਕਰਵਾ ਰਹੇ ਐ ਜਾਂ ਪ੍ਰਚਾਰ ਰਹੇ ਐ ਕੋਈ ਇਤਰਾਜ਼ ਨਹੀਂ ਲੇਕਿਨ ਜੇ ਸਿਰਫ ਉਧਰ ਪੜਨ ਕੇ ਤਾਂ ਹੀ ਪਾਠ ਪੜੇਗਾ ਵਾਰੀਆਂ ਤਾਂ ਉਹ ਬੰਦਾ ਮਹਾ ਕਪਤੀ ਹੈ ਹੋਰ ਅੱਗੇ ਆ ਜੋ ਸਤਗੁਰ ਸੇਵੇ ਸੋ ਸੁਖ ਪਾਏ ਜਿਨ ਹਉਮੈ ਵਿਚੋਂ ਮਾਰੀ ਜਿਨ੍ਹਾਂ ਨੇ ਹਉਮੈ ਖਤਮ ਕਰਕੇ ਅਕਾਲ ਪੁਰਖ ਦੀ ਬੰਦਗੀ ਕੀਤੀ ਹੈ ਉਹੀ ਅੰਦਰਲੇ ਸ਼ਬਦ ਰੂਪੀ ਸੁਖ ਦੇ ਹੱਕਦਾਰ ਬਣਦੇ ਜਿਹੜੇ ਬੰਦਗੀ ਕਰਦੇ ਐ ਉਹ ਹੱਕਦਾਰ ਬਣ ਜਾਂਦੇ ਐ ਸੋ ਸੁਖ ਪਾਏ ਖੱਖੇ ਨੂੰ ਔਂਕੜ ਉਹ ਖਾਸ ਸੁਖ ਉਹਨਾਂ ਨੂੰ ਮਿਲਦਾ ਹੀ ਮਿਲਦਾ ਹੈ ਨਾਨਕ ਪੜਨਾ ਗੁੰਨਣਾ ਇੱਕ ਨਾਉ ਹੈ ਬੁੱਝੈ ਕੋ ਵਿਚਾਰੀ ਨਾਨਕ ਜੋਤ ਆਖਦੀ ਹੈ ਰਸਨਾ ਨਾਲ ਇੱਕ ਅਕਾਲ ਪੁਰਖ ਦਾ ਨਾਮ ਜਪਣਾ ਹੀ ਅਸਲ ਕਰਮ ਹੈ ਪਰ ਇਸ ਤਰ੍ਹਾਂ ਬੰਦਗੀ ਕਰਨ ਦਾ ਜਿਹੜੀ ਬੰਦਗੀ ਕਰਨ ਦੀ ਸੋਜੀ ਉਹ ਕਿਸੇ ਵਿਰਲੇ ਦੇ ਹੱਥ ਹੀ ਆਉਂਦੀ ਹੈ ਇੱਥੇ ਸ਼ਲੋਕ ਦਾ ਪਹਿਲਾ ਹਿੱਸਾ ਖਤਮ ਹੁੰਦਾ ਹੈ ਕੋਈ ਜਣਾ ਅਨਮਿਊਟ ਕਰਕੇ ਬੈਠਾ ਹੈ ਆਪਣੇ ਆਪ ਨੂੰ ਪਲੀਜ਼ ਮਿਊਟ ਕਰ ਲਓ ਮੈਨੂੰ ਅੱਜ ਥੋੜਾ ਜਿਹਾ ਮੁਸ਼ਕਲ ਹੈ ਮੈਂ ਫੋਨ ਤੋਂ ਹੀ ਕਰ ਰਿਹਾ ਸਕਰੀਨ ਵੀ ਸ਼ੇਅਰ ਫੋਨ ਤੋਂ ਹੀ ਆ ਤੇ ਆਪਾਂ ਗੱਲਬਾਤ ਵੀ ਫੋਨ ਤੋਂ ਹੀ ਕਰ ਰਹੇ ਆ ਸੋ ਮੈਸੇਜ ਮੈਨੂੰ ਨਾ ਪਾਇਓ ਆਪਣੇ ਆਪ ਨੂੰ ਅਨਮਿਊਟ ਰੱਖੋ ਪਲੀਜ਼ ਚੈੱਕ ਕਰੋ ਜਦੋਂ ਜੁਆਇਨ ਕਰ ਰਹੇ ਹੋ ਕੋਈ ਮੀਟਿੰਗ ਆਪਣੇ ਆਪ ਨੂੰ ਅਨਮਿਊਟ ਕੀਤਾ ਜਾਵੇ ਸੋ ਇਸ ਲੋਕ ਸਾਨੂੰ ਸਾਰਾ ਕੀ ਦੱਸਦਾ ਕਿ ਪਾਠ ਕਰਨ ਵਾਲੇ ਵੱਡੇ ਵੱਡੇ ਮੋਨੀ ਇਹਾਂ ਵੇਖ ਕਰਕੇ ਦੇਸ਼ਾਂ ਦਸਾਂਤਰਾ ਚ ਘੁੰਮਣ ਵਾਲੇ ਲੋਗ ਥੱਕੇ ਪਏ ਨੇ ਉਹਨਾਂ ਨੂੰ ਸੋਜੀ ਨਹੀਂ ਹੋਈ ਨਾਮ ਦਾ ਨਹੀਂ ਪਤਾ ਲੱਗਿਆ ਮਾਇਆ ਦੇ ਵਿੱਚ ਫਸੇ ਪਏ ਆ ਭਾਵੇਂ ਕੋਈ ਪੰਡਤ ਹੈ ਭਾਵੇਂ ਕੋਈ ਸਾਧੂ ਹੈ ਉਹ ਜਦੋਂ ਤੱਕ ਨਾਮ ਦੀ ਪ੍ਰਾਪਤੀ ਨਹੀਂ ਹੈ ਉਹ ਮਾਇਆ ਦੇ ਵਿੱਚ ਫਸੇ ਪਏ ਆ ਉਹ ਫਿਰ ਉਹਨਾਂ ਨੂੰ ਉਪਾਦੀ ਦਿੰਦੇ ਐ ਉਪਾਦੀ ਮੈਂ ਲਫ਼ਜ਼ ਯੂਜ਼ ਕਰ ਰਿਹਾ ਹਾਂ ਉਹਨਾਂ ਨੂੰ ਸਿੰਬਲੀ ਦਿੰਦੇ ਐ ਵੀ ਉਹ ਲੋਕ ਐਸੇ ਮੂਰਖ ਵੀ ਨੇ ਔਰ ਅੰਨੇ ਵੀ ਨੇ ਆਤਮਿਕ ਤੌਰ ਤੇ ਜਿਨ੍ਹਾਂ ਦਾ ਸਿਰਫ ਤੇ ਸਿਰਫ ਮਾਇਆ ਦੇ ਨਾਲ ਹੀ ਵਿਵਹਾਰ ਐ ਕਿਉਂਕਿ ਮਾਇਆ ਨਾਲ ਵਿਵਹਾਰ ਹੋਣ ਕਰਕੇ ਉਹਨਾਂ ਦੇ ਅੰਦਰੋਂ ਕਪਟ ਨਹੀਂ ਜਾਣਾ ਔਰ ਉਹਨਾਂ ਨੇ ਆਪਣਾ ਉਹ ਕੰਮ ਗੁਰਬਾਣੀ ਨੂੰ ਗਿਆਨ ਨੂੰ ਵੜ ਪੜ ਕੇ ਲੋਕਾਂ ਨੂੰ ਸੁਨਾਸਨਾ ਕੇ ਆਪਣਾ ਉਧਰ ਪਰਨ ਦਾ ਕੰਮ ਕਰਨਾ ਦੁਨਿਆਵੀ ਕਮਾਈ ਉਹਦੇ ذریعے ਕਰਨੀ ਆ ਪਰ ਦੂਸਰੇ ਪਾਸੇ ਸਤ ਗੁਰ ਸੇਵੇ ਸੋ ਸੁਖ ਪਾਏ ਜਿਹੜੇ ਉਸ ਅਕਾਲ ਪੁਰਖ ਦੀ ਬੰਦਗੀ ਕਰਦੇ ਆ ਉਹਨਾਂ ਨੂੰ ਆਤਮਿਕ ਸੁਖ ਦੀ ਨਾਮ ਦੀ ਪ੍ਰਾਪਤੀ ਹੁੰਦੀ ਹੈ ਜਿਨ੍ਹਾਂ ਨੇ ਨਾਮ ਜਪ-ਜਪ ਕੇ ਹਉਮੈ ਮਾਰ ਸਿਤੀ ਸੋ ਨਾਨਕ ਜੋਤ ਇਥੇ ਕੀ ਕਹਿੰਦੀ ਹੈ ਕਿ ਸਿਰਫ ਪ੍ਰਮਾਤਮਾ ਦਾ ਨਾਮ ਹੀ ਪੜਨ ਯੋਗ ਹੈ ਪ੍ਰਮਾਤਮਾ ਦਾ ਨਾਮ ਹੀ ਵਿਚਾਰਨ ਯੋਗ ਹੈ ਪਰ ਕੋਈ ਕੋਈ ਬੰਦਗੀ ਕਰਨ ਵਾਲਾ ਹੀ ਇਹ ਇਸ ਚੀਜ਼ ਦਾ ਪਾਤਰ ਬਣੇਗਾ ਇਸ ਚੀਜ਼ ਦਾ ਹੱਕਦਾਰ ਬਣੇਗਾ ਕੋਈ ਵਿਚਾਰਵਾਨੀ ਇਸ ਗੱਲ ਨੂੰ ਸਮਝੂਗਾ ਹੁਣ ਆਪਾਂ ਅੱਗੇ ਚੱਲੀਏ ਮਹੱਲਾ ਤੀਜਾ ਹੁਣ ਪਾਦਸ਼ਾਹ ਇਥੇ ਦੱਸਦੇ ਆਂ ਨਾਂਗੇ ਆਵਣ ਨਾਂਗੇ ਜਾਣਾ ਹਰ ਹੁਕਮ ਪਾਇਆ ਕਿਆ ਕੀਜੈ ਬੰਦਾ ਦੁਨੀਆ ਤੇ ਖਾਲੀ ਹੱਥ ਆਉਂਦਾ ਖਾਲੀ ਹੱਥ ਚਲਾ ਜਾਂਦਾ ਇਹ ਅਕਾਲ ਪੁਰਖ ਦਾ ਹੁਕਮ ਹੈ ਕੋਈ ਵੀ ਇਸ ਨੂੰ ਤਬਦੀਲ ਨਹੀਂ ਕਰ ਸਕਦਾ ਬਦਲ ਨਹੀਂ ਸਕਦਾ ਜਿਸ ਕੀ ਵਸਤ ਸੋ ਹੀ ਲੈ ਜਾਏਗਾ ਰੋਸ ਕਿਸੈ ਸੰਕੀਜੇ ਸੋ ਜੀਵਾਤਮਾ ਦਾ ਮਾਲਕ ਅਕਾਲ ਪੁਰਖ ਹੈ ਪ੍ਰਭ ਹੈ ਸੋ ਇਸ ਦੇ ਖੁੱਸਣ ਤੇ ਕੋਈ ਰੋਸਾ ਗਿਲਾ ਨਹੀਂ ਕੋਈ ਰੋਸਾ ਗਿਲਾ ਨਹੀਂ ਹੈ ਜੇ ਖੁੱਸ ਵੀ ਜਾਏ ਕੋਈ ਰੋਸਾ ਗਿਲਾ ਨਹੀਂ ਕਿਉਂਕਿ ਇਹ ਵਸਤੂ ਉਹਦੀ ਹੈ ਅਕਾਲ ਪੁਰਖ ਦਾ ਹਿੱਸਾ ਹੈ ਆਪਣਾ ਆਤਮਾ ਇਹਨੇ ਜਾ ਕੇ ਇੱਕ ਦਿਨ ਉਸ ਪ੍ਰਮਾਤਮਾ ਚ ਲੀਨ ਹੋਣਾ ਜੇ ਲੀਨ ਹੋਣ ਦੇ ਰਾਸਤੇ ਤੇ ਕੋਸ਼ਿਸ਼ ਤੇ ਨਹੀਂ ਚੱਲੂ ਆਤਮਾ ਉਹ ਫਿਰ ਜੂਨਾ ਚ ਭਟਕਦੀ ਰਹੂ ਕਿਸਨੇ ਅਨਮਿਊਟ ਰੱਖਿਆ ਆਪਣੇ ਆਪ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਇੱਕੋ ਵਾਰ ਚ ਸੁਣ ਲਿਆ ਕਰੋ ਇਹਨੂੰ ਮਿਊਟ ਕਰ ਲਓ ਪਲੀਜ਼ ਦੇਖ ਕੇ ਜਿਹੜੇ ਵੀ ਸੁਣਦੇ ਐ ਉਹਨੂੰ ਦੇਖ ਕੇ ਮਿਊਟ ਕਰ ਲਓ ਜਿਸ ਕੀ ਵਸ ਸੋਈ ਲੈ ਜਾਏਗਾ ਰੋਸ ਕਿਸੈ ਸੇ ਕੀਜੈ ਗੁਰਮੁਖ ਹੋਵੇ ਸੋ ਬਾਣਾ ਮੰਨੇ ਸਹਜੇ ਹਰ ਰਸ ਪੀਜੈ ਸੋ ਗੁਰਮੁਖ ਸਿਸਟਮ ਚ ਰਹਿ ਕੇ ਪ੍ਰਣਾਲੀ ਦੇ ਵਿੱਚ ਰਹਿ ਕੇ ਅਕਾਲ ਪੁਰਖ ਦੇ ਬਾਣੇ ਵਿੱਚ ਜੋ ਬੰਦਗੀ ਕਰਦੇ ਆ ਉਹਨਾਂ ਦਾ ਮਨ ਹੀ ਟਿਕਦਾ ਹੈ ਤੇ ਉਹੀ ਨਾਮ ਰਸ ਪੀਂਦੇ ਨੇ ਗੁਰਮੁਖ ਸਿਸਟਮ ਬੜਾ ਜ਼ਰੂਰੀ ਹੈ ਇੱਕ ਗੁਰਮੁਖ ਬੰਦੇ ਨੂੰ ਨਹੀਂ ਕਿਹਾ ਗੁਰਮੁਖ ਹੋਵੇ ਉਸ ਸਿਸਟਮ ਦੇ ਵਿੱਚ ਆਵੇ ਜਿਹਨੂੰ ਅਸੀਂ ਕਹਿੰਦੇ ਆ ਰਹੇ ਹਾਂ ਇੱਕ ਅਕਾਲ ਪੁਰਖ ਨੂੰ ਮੰਨਣਾ ਇੱਕ ਅਕਾਲ ਪੁਰਖ ਨਾਲ ਪ੍ਰਤੀਤ ਇੱਕ ਅਕਾਲ ਪੁਰਖ ਤੇ ਭਰੋਸਾ ਇੱਕ ਅਕਾਲ ਪੁਰਖ ਨਾਲ ਕਮਿਟਮੈਂਟ ਇੱਕ ਅਕਾਲ ਪੁਰਖ ਦਾ ਨਾਮ ਜਪਣਾ ਸੋ ਜਿਹੜਾ ਇਹ ਰਾਸਤੇ ਤੇ ਚੱਲਦਾ ਉਹ ਫਿਰ ਨਾਮ ਰਸ ਦੀ ਪ੍ਰਾਪਤੀ ਵੀ ਕਰਦਾ ਨਾਨਕ ਸੁਖ ਦਾਤਾ ਸਦਾ ਸਲਾਹੇ ਹੋ ਰਸਨਾ RAM ਰਵੀਜੈ ਸੁਨਾਨਕ ਜੋਤ ਕਹਿੰਦੀ ਹੈ ਕਿ ਸੁੱਖਾਂ ਦੇ ਦਾਤੇ ਅਕਾਲ ਪੁਰਖ ਦੀ ਸਦਾ ਇਬਾਦਤ ਕਰਦੇ ਰਹੋ ਤਾਂ ਜੋ ਨਾਮ ਜਪਦਿਆਂ ਅਕਾਲ ਪੁਰਖ ਦੀ ਨੇੜਤਾ ਮਿਲ ਸਕੇ ਰਵੀਜੈ ਰਵੀਜੈ ਹੁੰਦਾ ਮਿਲਾਪ ਇੱਕ ਮਿਕ ਹੋਣਾ ਔਰ ਇੱਥੇ ਦੇਖੋ ਸਲਾਹੇ ਹੋ ਦੀ ਸਪੈਲਿੰਗ ਦੇਖੋ ਸਲਾਹੁ ਹਾਹੇ ਦੋ ਹਾਹੇ ਪਾਇਆ ਇਹਦਾ ਬਹੁਤ ਹੀ ਜ਼ਿਆਦਾ ਜ਼ੋਰ ਦੇ ਕੇ ਕਿਹਾ ਸਲਾਹੇ ਹੋ ਇਸ ਚੀਜ਼ ਨੂੰ ਕੋਈ ਗ੍ਰਾਮਰ ਦੁਨੀਆ ਦੀ ਕਲੀਅਰ ਨਹੀਂ ਕਰ ਸਕੇਗੀ ਤਾਂ ਮੈਂ ਕਿਹਨਾ ਹੁਣਾ ਕਿ ਵਿਆਕਰਨ ਦੇ ਨਾਲ ਗੁਰਬਾਣੀ ਖੋਲਣੀ ਅਸੰਭਵ ਹੈ ਦੁਨੀਆਵੀ ਉਹਦੇ ਅਰਥ ਉਤੋਂ ਤੋਂ ਕਰ ਲਾਂਗੇ ਲੇਕਿਨ ਡੁੰਗਾਈ ਦੇ ਵਿੱਚ ਜਾਣਾ ਗ੍ਰਾਮਰ ਦੇ ਵੱਸ ਦੀ ਗੱਲ ਨਹੀਂ ਸੋ ਇਹ ਹਾਹੇ ਨੂੰ ਪਹਿਲਾਂ ਸਿਆਰੀ ਪਾਈ ਐ ਫਿਰ ਅਗਲਾ ਹਾਹ ਲਿਖ ਕੇ ਔਂਕੜ ਪਾਇਆ ਇਹਦਾ ਮਤਲਬ ਹੈ ਕਿ ਨਾਮ ਜਪਣਾ ਬਹੁਤ ਜ਼ਰੂਰੀ ਹੈ ਇਸ ਗੱਲ ਦੇ ਉੱਤੇ ਨਾਨਕ ਜੋਤ ਸਟ੍ਰੈਸ ਕਰ ਰਹੀ ਆ ਰਵੀਜੇ ਦਾ ਲਫ਼ਜ਼ ਹੈ ਰਵੀਜਾ ਕਹਿੰਦੇ ਮਿਲਾਪ ਇੱਕ ਮਿਕ ਹੋਣਾ ਸੋ ਹੋਰ ਅੱਗੇ ਚੱਲੀਏ ਪੌੜੀ ਗੜ ਕਾਇਆ ਸ਼ਿੰਗਾਰ ਬਹੁਪਾਂਤ ਬਣਾਈ ਬੰਦਾ ਆਪਣੇ ਸਰੀਰ ਨੂੰ ਵੱਖ-ਵੱਖ ਤਰੀਕਿਆਂ ਨਾਲ ਸ਼ਿੰਗਾਰ ਕੇ ਸੁੰਦਰ ਬਣਾਉਣ ਦਾ ਯਤਨ ਕਰਦਾ ਹੀ ਰਹਿੰਦਾ ਗੜ ਕਾਇਆ ਸ਼ਿੰਗਾਰ ਬਹੁਪਾਂਤ ਬੜੇ ਤਰੀਕਿਆਂ ਦੇ ਨਾਲ ਸ਼ਿੰਗਾਰ ਕਰਦਾ ਰੰਗ ਪ੍ਰੰਗ ਕਤੀਫਿਆ ਪਹਿਰੇ ਧਰਮਾਈ ਸੋ ਇਥੇ ਕਤੀਫਿਆ ਲਫਜ਼ ਆ ਰਿਹਾ ਹੈ ਕਤੀਫਿਆ ਲਫਜ਼ ਨੂੰ ਇਥੇ ਲਿਖਿਆ ਰੇਸ਼ਮੀ ਕਪੜੇ ਲੇਕਿਨ ਕਤੀਫਿਆ ਲਫਜ਼ ਜਦੋਂ ਯੂਜ਼ ਹੁੰਦਾ ਉਹਦਾ ਮਤਲਬ ਐ ਸਾਟਨ ਤੇ ਮਖਮਲ ਦੇ ਕਪੜੇ ਰੇਸ਼ਮੀ ਕਪੜੇ ਲਿਖਿਆ ਇਹਨਾਂ ਨੇ ਉੱਚ ਸਾਟਨ ਤੇ ਮਖਮਲ ਦੇ ਕਪੜੇ ਜਿਹੜੇ ਹੁੰਦੇ ਆ ਉਹਨਾਂ ਨੂੰ ਕਤੀਫਿਆ ਲਫਜ਼ ਯੂਜ਼ ਕੀਤਾ ਰੰਗ ਪ੍ਰੰਗ ਕਤੀਫਿਆ ਪਹਿਰੇ ਧਰ ਮਾਈ ਪ੍ਰੰਗ ਹੁੰਦਾ ਦੋ ਰੰਗ ਮਿਲਾ ਕੇ ਇੱਕ ਰੰਗ ਬਣਾਉਣਾ ਇੱਕ ਰੰਗ ਬਣਾ ਬਣਾਇਆ ਇੱਕ ਦੋ ਰੰਗਾਂ ਨੂੰ ਮਿਲਾ ਕੇ ਕੋ ਵੱਖਰਾ ਸ਼ੇਡ ਬਣਾਉਣਾ ਉਹਨੂੰ ਪ੍ਰੰਗ ਕਹਿ ਦਿੰਦੇ ਆ ਉਪਰੰਗ ਸੋ ਇਸ ਤਰ੍ਹਾਂ ਮਾਇਆ ਦੇ ਪ੍ਰਭਾਵ ਹੇਠ ਕਈ ਰੰਗਾਂ ਤੇ ਉਪਰੰਗਾਂ ਵਿੱਚ ਸਾਟਨ مخਮਲ ਦੇ ਲਿਬਾਸ ਪਹਿਨਦਾ ਆਪਣੇ ਆਪ ਨੂੰ ਦਿਖਾਉਣ ਵਾਸਤੇ ਸ਼ਿੰਗਾਰ ਕਰਨ ਵਾਸਤੇ ਆਪਣੇ ਆਪ ਲਾਲ ਸੁਪੇਦ ਦੁਲੀਚੇਆ ਬਹੁ ਸਬਾ ਬਣਾਈ ਸੋ ਲਾਲ ਤੇ ਸਫੇਦ ਗਲੀਚੇ ਬਣਾ ਕੇ ਅੱਜ ਕੱਲ ਦੇਖੋ ਪਾਤਸ਼ਾਹ ਨੇ ਕਦੋਂ ਦੀਆਂ ਗੱਲਾਂ ਕੀਤੀਆਂ ਨੇ ਉਹਨਾਂ ਸਮਿਆਂ 'ਚ ਵੀ ਸੀ ਇਹ ਬੜਾ ਗਰੀਬੀ ਦਾਵਾ ਸੀ ਪਾਤਸ਼ਾਹਾਂ ਦਾ ਗੁਰੂ ਸਾਹਿਬਾਂ ਦਾ ਬਹੁਤ ਗਰੀਬੀ ਦਾਵਾ ਸੀ ਲੇਕਿਨ ਰਾਜਿਆਂ ਮਹਾਰਾਜਿਆਂ ਦੇ ਘਰਾਣੇ ਜੋ ਹੁੰਦਾ ਸਭ ਉਹ ਜਾਣੀ ਜਾਣ ਸੀ ਇਹ ਅੱਜ ਕੱਲ ਵੀ ਹੁੰਦਾ ਜਿਹਨੂੰ ਇਹ ਰੈੱਡ ਕਾਰਪਟ ਕਹਿ ਦਿੰਦੇ ਆ ਕੋਈ ਪ੍ਰੋਣਾ ਆਏ ਖਾਸ ਕਿਸੇ ਕੰਟਰੀ ਕੋਈ ਦੂਜੀ ਕੰਟਰੀ ਦਾ ਪ੍ਰੈਜ਼ੀਡੈਂਟ ਆਏ ਤੇ ਉਹਨੂੰ ਜਹਾਜ਼ ਤੋਂ ਉਹਦੇ ਰਾਸਤੇ ਤੱਕ ਅਗਲੀ ਗੱਡੀ ਤੱਕ ਉਹਨੂੰ ਰੈੱਡ ਕਾਰਪਟ ਵਿਛਾ ਕੇ ਉਹਦਾ ਸਵਾਗਤ ਕੀਤਾ ਜਾਂਦਾ ਸੋ ਲਾਲ ਸੁਪੇਦ ਦੁਲੀਚਿਆ ਬਹੁ ਸਭਾ ਬਣਾਈ ਲਾਲ ਤੇ ਸਫੇਦ ਗਲੀਚੇ ਅ ਵਿਸ਼ਾ ਕੇ ਸਿੰਘਾਸਨ ਬਣਾ ਕੇ ਫਿਰ ਉਹ ਬੈਠਦੇ ਆ ਦੁੱਖ ਖਾਣਾ ਦੁੱਖ ਭੋਗਣਾ ਗਰਬ ਹੈ ਗਰਵਾਈ ਬੇਸ਼ੱਕ ਅ ਅ ਬਕਾਇਦਾ ਭੋਜਨ ਕਰਨ ਵਿੱਚ ਭਾਵੇਂ ਉਹਨੂੰ ਦਿੱਕਤ ਹੈ ਜਿਵੇਂ ਡਾਕਟਰ ਕਹਿ ਦਿੰਦਾ ਵੀ ਕਿਸੇ ਨੂੰ ਸ਼ੂਗਰ ਹੋ ਜੇ ਵੀ ਭਾਈ ਤੂੰ ਆ ਚੀਜ਼ ਨਹੀਂ ਖਾਣੀ ਸੋ ਇਹ ਉਹਨਾਂ ਨੂੰ ਨਾਰਮਲ ਜਿਹੜਾ ਭੋਜਨ ਸ਼ਕਣ ਵਿੱਚ ਪਰੇਸ਼ਾਨੀ ਹੋਣੀ ਸ਼ੁਰੂ ਹੋ ਜੂਗੀ ਜ਼ਿੰਦਗੀ ਵਿੱਚ ਕਈ ਮੁਸੀਬਤਾਂ ਹੋ ਜਾਣਗੀਆਂ ਪਰ ਫਿਰ ਵੀ ਇਸ ਹਾਲਤ ਵਿੱਚ ਵੀ ਉਹ ਸਿਰੇ ਦਾ ਹੰਕਾਰੀ ਬਣਿਆ ਰਹਿੰਦਾ ਦੁੱਖ ਖਾਣਾ ਦੁੱਖ ਭੋਗਣਾ ਗਰਬ ਹੈ ਗਰਵਾਈ ਆਪਣੀ ਆਕੜ ਜੀ ਉਹ ਰਹਿੰਦਾ ਭਾਵੇਂ ਉਹਨੂੰ ਡਾਕਟਰਾਂ ਨੇ ਕਈ ਕਿਸਮ ਦੇ ਖਾਣੇ ਖਾਣ ਤੋਂ ਉਹਦੀਆਂ ਬਿਮਾਰੀਆਂ ਕਰਕੇ ਉਹਨੂੰ ਮਨਾ ਕਰ ਦਿੱਤਾ ਪਰ ਉਹ ਫਿਰ ਵੀ ਇਸ ਗੱਲ ਨੂੰ ਸਮਝਦਾ ਨਹੀਂ ਨਾਨਕ ਨਾਮ ਨਾ ਚੇਤਿਓ ਅੰਤ ਲਏ ਛਡਾਈ ਹੁਣ ਇੱਥੇ ਬੜੀ ਇੰਪੋਰਟੈਂਟ ਗੱਲ ਆਪਾਂ ਕਰਨੀ ਹੈ ਪਹਿਲਾਂ ਆਪਾਂ ਇਸ ਤੁਕ ਨੂੰ ਕਲੀਅਰ ਕਰ ਲਈਏ ਨਾਨਕ ਜੋਤ ਇੱਥੇ ਆਖਦੀ ਹੈ ਸਾਕਤ ਮਨਮੁਖ ਲੋਗ ਉਸ ਅਕਾਲ ਪੁਰਖ ਨੂੰ ਵਿਸਾਰ ਦਿੰਦੇ ਨੇ ਜਿਨੇ ساری ਜ਼ਿੰਦਗੀ ਆਖਰੀ ਸਾਹ ਤੱਕ ਮਾਇਆ ਤੋਂ ਬਚਾ ਕੇ ਰੱਖਣਾ ਸੀ ਨਾਨਕ ਨਾਮ ਨਾ ਚੀਤੇਓ ਅੰਤੇ ਤੱਤੇ ਨੂੰ ਸਿਆਰੀ ਪਾਈ ਐ ਇਹ ਅੰਤ ਨਹੀਂ ਐ ਅੰਤੇ ਤੱਤੇ ਨੂੰ ਸਿਆਰੀ ਐ ਬਾਰ ਬਾਰ ਅਸੀਂ ਕਹਿ ਰਹੇ ਆਂ ਵੀ ਇਹ ਸਿਆਰੀਆਂ ਔਕੜ ਗੁੰਗੇ ਨਹੀਂ ਐ ਇਹਨਾਂ ਨੂੰ ਜਦੋਂ ਪੂਰਾ ਅੱਖਰ ਸਮਝ ਕੇ ਲਾਉਂਗੇ ਪੜੋਂਗੇ ਇਹਦੀ ਵਿਚਾਰ ਕਰੋਗੇ ਫੇਰ ਇਹ ਇਹ ਗੁਰਬਾਣੀ ਦੇ ਸਹੀ ਅਰਥ ਜਿਹੜੇ ਆ ਤੁਹਾਡੇ ਸਾਹਮਣੇ ਆਉਣੇ ਆਪਣੇ ਆਪ ਹੀ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ ਇਹ ਦਾ ਮਤਲਬ ਹੈ ਅੰਤ ਤੱਕ ਜਦੋਂ ਅੰਤ ਇਹ ਪੈ ਗਿਆ ਉਦੋਂ ਮਤਲਬ ਅੰਤ ਤੱਕ ਹੁਣ ਇਹ ਸਨਾਤਨ ਲੋਕ ਕੀ ਕਰਦੇ ਐ ਇਹ ਅਖੀਰ ਤੇ ਜਦੋਂ ਬੰਦਾ ਮਰਨ ਲੱਗਦਾ ਉਦੋਂ ਗੰਗਾ ਜਲ ਉਹਦੇ ਮੂੰਹ ਚ ਪਾਉਂਦੇ ਆ ਵੀ ਬੰਦਾ ਸੁਰਗਾਂ ਨੂੰ ਚਲਾ ਜਾਏ ਸਾਰੀ ਜ਼ਿੰਦਗੀ ਭਾਵੇਂ ਉਹਨੇ ਆ ਪੋ ਕਰਮ ਕਰਦਾ ਰਿਹਾ ਹੋਵੇ ਭੈੜੀ ਸੰਗਤ ਚ ਰਿਹਾ ਹੋਵੇ ਇਹ ਕਿਦਾਂ ਪੋਸੀਬਲ ਹੋਵੇ ਸਭ ਤੋਂ ਵੱਡਾ ਪਖੰਡਾ ਦੁਨੀਆ ਦਾ ਕਿ ਅਖੀਰਲੇ ਟਾਈਮ ਤੇ ਉਹਦੇ ਸੋ ਕਾਲਡ ਜਿਹੜਾ ਉਹ ਪਾਣੀ ਮੂੰਹ ਚ ਪਾ ਕੇ ਜਾਂ ਗੰਗਾ ਜਲ ਉਹਨੂੰ ਕਹਿ ਕੇ ਮੂੰਹ ਚ ਪਾ ਕੇ ਉਹਨੂੰ ਸਰਗਾਂ ਦਾ ਰਾਹ ਦਿਖਾਉਣਾ ਇਹ ਸਭ ਤੋਂ ਵੱਡਾ ਧੋਖਾ ਹੈ ਇਸੇ ਤਰ੍ਹਾਂ ਜਿਹੜਾ ਉਹ ਸਿੱਧ ਸਾਧਕ ਅਸੀਂ ਕਰਦੇ ਆ ਰਹੇ ਹਾਂ ਵੀ ਇੱਕ ਸਿੱਧ ਸਨਾਤਨੀ ਤਰੀਕਾ ਸਾਧ ਸਾਧਕ ਜਿਹੜੇ ਆ ਮੁਸਲਮਾਨੀ ਤਰੀਕਾ ਹੈ ਮੁਗਲੀ ਤਰੀਕਾ ਇਹਨੂੰ ਇੱਕ ਹੀ ਇੱਕ ਹੀ ਕਰਦੇ ਆ ਇਹ ਫਿਰ ਕਲਮਾ ਪੜ੍ਹਦੇ ਆ ਵੀ ਬੰਦਾ ਮਰਨ ਲੱਗਾ ਹੈ ਜੰਨਤ ਨੂੰ ਜਾਊਗਾ ਉਹ ਕੋਈ ਜੰਨਤ ਜੰਨਤ ਨਹੀਂ ਮਿਲਣੀ ਜਦੋਂ ਤੱਕ ਤੁਸੀਂ ਨਾਮ ਦਾ ਇੱਕ ਅਕਾਲ ਪੁਰਖ ਦਾ ਅੱਲਾ ਦਾ ਜਾਂ ਰਾਮ ਦਾ ਅਭਿਆਸ ਸ਼ਬਦ ਦਾ ਨਹੀਂ ਕਰਦੇ ਨਾਮ ਜਪਣਾ ਹੀ ਪੈਣਾ ਇਹ ਅੰਤ ਤੱਤੇ ਨੂੰ ਸਿਆਰੀ ਲੱਗੀ ਦਾ ਮਤਲਬ ਹੀ ਇਹੀ ਹੈ ਜੀਵਨ ਜਨਮ ਤੋਂ ਲੈ ਕੇ ਮਰਨ ਤੱਕ ਅੰਤ ਕਾਲ ਤੱਕ ਇਹਦਾ ਮਤਲਬ ਇਹ ਨਹੀਂ ਵੀ ਅੰਤ ਵੇਲੇ ਇਹ ਬੜਾ ਭਲੇਖਾ ਇਹਨੂੰ ਕੋਈ ਮਾਈ ਦਾ ਲਾਲ ਖੋਲ ਨਹੀਂ ਸਕੇ ਅਜ ਤੱਕ ਸਾਰੇ ਉਹ ਗ੍ਰਾਮਰ ਚੁੱਕੀ ਫਿਰਦੇ ਆ ਉਹਦੇ ਹਿਸਾਬ ਨਾਲ मीनिंग ਕਰੀ ਜਾਂਦੇ ਆ ਅਸੀਂ ਟਪਲੇ ਖਾਈ ਜਾਂਦੇ ਆ ਉਹ ਪੋਸੀਬਲ ਹੈ ਸੋਚ ਕੇ ਦੇਖੋ ਵਿਚਾਰ ਕੇ ਦੇਖੋ ਆਪ ਵੀ ساری ਉਮਰ ਉਹ ਬੰਦੇ ਨੇ ਮਾੜੀ ਸੰਗਤ ਕੀਤੀ ਹੋਏ ਮਾੜੇ ਕਰਮ ਕੀਤੇ ਹੋਣ ਅਖੀਰਲੇ ਟਾਈਮ ਤੇ ਉਹਦੇ ਲਈ ਕਲਮਾ ਪੜ੍ਹ ਦੋ ਜਾਂ ਉਹਨੂੰ ਗੰਗਾ ਜਲ ਉਹਦੇ ਵਿੱਚ ਪਾ ਦਿਓ ਤੇ ਉਹਦਾ ਛੁਟਕਾਰਾ ਹੋ ਜਾਊਗਾ ਪੋਸੀਬਲ ਹੀ ਨਹੀਂ ਹੈ ਨਾਮ ਨਾਲ ਚੇਤਿਓ ਅੰਤ ਲੈ ਛਡਾਈ ਅਸੀਂ ਉਹ ਨਾਮ ਨਹੀਂ ਜਪਿਆ ਜਿਨੇ ਸਾਨੂੰ ਅੰਤਕਾਲ ਤੱਕ ਮਾਇਆ ਤੋਂ ਬਚਾ ਕੇ ਰੱਖਣਾ ਸੀ ਸੋ ਇਹ ਇਹ ਨਾਮ ਜਪਣ ਦੀ ਕਲਾ ਹੈ ਨਾਮ ਜਪ ਕੇ ਆ ਇਸ ਅਵਸਥਾ ਤੱਕ ਤੁਸੀਂ ਪਹੁੰਚਦੇ ਆਂ ਵੀ ਗੁਰਬਾਣੀ ਨੂੰ ਤੁਸੀਂ ਖੋਲ ਸਕੋ ਸੋ ਇੱਥੇ ਆਪਣਾ ਆ ਜਿਹੜਾ ਸ਼ਬਦ ਹੈ ਇਹ ਸ਼ਬਦ ਪੂਰਾ ਹੁੰਦਾ ਹਣ ਆਪਾਂ ਅ ਦੂਸਰਾ ਸ਼ਬਦ ਲਿਨੇ ਆ ਇਹ ਇਸ ਟਾਪਿਕ ਦੇ ਮੁਤਲਕ ਉਹ ਸ਼ਬਦ ਹੈ ਮਲਾਰ ਮਹੱਲਾ ਪਹਿਲਾ ਬਾਬਾ ਨਾਨਕ ਕਿਆ ਕਿਆ ਬਾਤਾਂ ਨੇ ਗੁਰੂ ਨਾਨਕ ਪਾਤਸ਼ਾਹ ਦੀਆਂ ਬਿਨਾ ਕਿਸੇ ਡਰ ਤੋਂ ਬਿਨਾ ਕਿਸੇ ਝਿਜਕ ਤੋਂ ਅਕਾਲ ਪੁਰਖ ਦਾ ਰਾਸਤਾ ਅਕਾਲ ਪੁਰਖ ਦੀ ਬੰਦਗੀ ਕਰਨੀ ਅਕਾਲ ਪੁਰਖ ਨੂੰ ਮੰਨਣਾ ਸਾਨੂੰ ਉਹ ਰਾਸਤਾ ਦਿਖਾ ਕੇ ਗਏ ਆ ਗੁਰਬਾਣੀ ਦੇ ਵਿੱਚ ਲਿਖ ਕੇ ਦੇ ਕੇ ਗਏ ਆ ਬਲੈਕ ਐਂਡ ਵਾਈਟ ਦੇ ਵਿੱਚ ਲਿਖ ਕੇ ਦੇਣਾ ਇੱਕ ਤਰ੍ਹਾਂ ਦੀ ਗਾਰੰਟੀ ਹੁੰਦੀ ਹੈ ਵੀ ਬੰਦਾ ਲਿਖ ਕੇ ਦੇ ਰਿਹਾ ਅਸੀਂ ਇੰਨੇ ਇੰਨੇ ਕੁਮਾੜੇ ਆ ਅਸੀਂ ਇੰਨੇ ਕੁ ਅਸੀਂ ਹੰਕਾਰ ਮਾਇਆ ਦੇ ਵਿੱਚ ਲਿਬੜੇ ਪਏ ਆ ਵੀ ਅਸੀਂ ਉਹਦੀ ਕਦਰ ਨਹੀਂ ਕੀਤੀ ਬਾਬੇ ਨਾਨਕ ਦੀ ਗੁਰਬਾਣੀ ਦੀ ਅਸੀਂ ਉਹਨੂੰ ਪੂਜਣ ਲਈ ਰੱਖ ਲਿਆ ਆ ਹੁਣ ਆਪਾਂ ਅੱਗੇ ਦੋ ਬੈਠਕਾਂ ਦੇ ਵਿੱਚ ਇੱਕ ਟੌਪਿਕ ਲੈਣਾ ਹੈ ਗੋਪਣ ਦਾ ਗੋਪਣਾ ਇਹ ਲਫ਼ਜ਼ ਬੜਾ ਜ਼ਰੂਰੀ ਹੈ ਇਹਨੂੰ ਕਲੀਅਰ ਕਰਾਂਗੇ ਔਰ ਇਸ ਸਭ ਤੋਂ ਵੱਡਾ ਜਿਹੜਾ ਔਗਣ ਸਿੱਖੀ ਦੇ ਵਿੱਚ ਅਸੀਂ ਕੁਮਾਰੇ ਆ ਉਹ ਮੈਂ ਸਾਰਾ ਕਲੀਅਰ ਕਰੂੰ ਅ ਸ਼ਬਦਾਂ ਦੇ ਜ਼ਰੀਏ ਆਪ ਆਪਣਾ ਕੁਝ ਨਹੀਂ ਅਸੀਂ ਕੋਈ ਸਾਖੀ ਕਥੌਲੀ ਜਾਂ ਕਿਸੇ ਦੀ ਕੋਈ ਐਗਜ਼ਾਮਪਲ ਨਹੀਂ ਲੈਣੀ ਬਾਹਰ ਸਿਰਫ ਗੁਰਬਾਣੀ ਦੇ ਵਿੱਚੋਂ ਆਪਾਂ ਸ਼ਬਦ ਲੈ ਕੇ ਉਸ ਚੀਜ਼ ਨੂੰ ਕਲੀਅਰ ਕਰਨਾ ਸੋ ਦੂਜਾ ਸ਼ਬਦ ਆਪਾਂ ਸ਼ੁਰੂ ਕਰਦੇ ਆਂ ਬਾਬੇ ਨਾਨਕ ਦਾ ਪੋਥੀ ਪੰਨਾ ਨੰਬਰ 1256 ਤੇ 1257 ਮਲਾਰ ਮਹੱਲਾ ਪਹਿਲਾ ਇਹ ਸ਼ਬਦ ਦਾ ਰਹਾਉ ਦੇਖੀਏ ਪਹਿਲਾਂ ਕੀ ਕਹਿੰਦਾ ਰਹਾਉ ਦੇ ਸਕਰੀਨ ਤੇ ਦਰਸ਼ਨ ਕਰੋ ਕਹਿੰਦੇ ਐਸਾ दारू ਖਾਏ ਗਵਾਰ ਜਿਤ ਖਾਦੈ ਤੇਰੇ ਜਾਏ ਵਿਕਾਰ ਸੋ ਇੱਥੇ ਖਾਣ ਦਾ ਮਤਲਬ ਪੀਣ ਤੋਂ ਹੀ ਹੈ ਖਾਣਾ ਪੀਣਾ ਦਾਰੂ ਪੀਤਾ ਜਾਂਦਾ ਪਰ ਇੱਥੇ ਪਾਸ਼ਾ ਕਹਿਣਾ ਕੀ ਚਾਰੇ ਹੈ ਖਾਣ ਦਾ ਲਫ਼ਜ਼ ਕਿਉਂ ਇੱਥੇ ਰੱਖਿਆ ਉਹਨਾਂ ਨੇ ਦੋ ਵਰੀ ਐਸਾ ਦਾਰੂ ਖਾਏਂਗਵਾਰ ਜਿਤ ਖਾਦੈ ਤੇਰੇ ਜਾਇ ਵਿਕਾਰ ਸੋ ਹੁਣ ਆਪਾਂ ਕੋਈ ਵੀ ਚੀਜ਼ ਖਾਣੇ ਆ ਜਿਹੜੇ ਸਿਆਣੀ ਵੈਦ ਹੁੰਦੇ ਆ ਨਾ ਸਿਆਣੀ ਵੈਦ ਉਹ ਬੰਦੇ ਨੂੰ ਕਹਿੰਦੇ ਆ ਵੀ ਤੂੰ ਰੋਟੀ ਖਾਣੀ ਐ ਪਰ ਐਨੀ ਚਿੱਠਣੀ ਐ ਕਿ ਤੇਰੇ ਗਲੇ ਚੋਂ ਇਹ ਤਰਲ ਪਦਾਰਥ ਬਣ ਕੇ ਥੱਲੇ ਜਾਵੇ ਟਿੱਡ ਦੇ ਵਿੱਚ ਸਮਝ ਕੇ ਗੱਲ ਇੰਨੀ ਚਿੱਠਣੀ ਐ ਕਿ ਇਹ ਤਰਲ ਪਦਾਰਥ ਬਣ ਕੇ ਥੱਲੇ ਜਾਵੇ ਤੇਰੇ ਢਿੱਡ ਦੇ ਵਿੱਚ ਭਾਵ ਕੀ ਐ ਕਿ ਰੋਟੀ ਚਿੱਠ ਕੇ ਲਗਾਉਣੀ ਐ ਇਹ ਜਿਹੜਾ दारू ਵੀ ਅਸੀਂ ਪੀਣਾ दारू ਨੂੰ ਫਿਰ ਅਸੀਂ ਖਾਣਾ ਹੌਲੀ-ਹੌਲੀ ਬੜੇ ਪਿਆਰ ਦੇ ਇੱਕਦਮ ਐ ਇੱਕਦਮ ਜਿਹੜਾ ਆਪਾਂ ਅੰਦਰ ਸੁਟਣਾ ਉਹਨੂੰ ਪੰਜਾਬੀ ਦਾ ਠੇਠ ਲਫ਼ਜ਼ ਆ ਪੁਰਾਣੀ ਬੋਲੀ ਦਾ ਡੱਫਣਾ ਉਹ ਡੱਫ ਕੇ ਨਹੀਂ ਲਗਾਉਣਾ ਅਸੀਂ ਉਹਨੂੰ ਬੜੇ ਪਿਆਰ ਦੇ ਨਾਲ ਹੌਲੀ-ਹੌਲੀ ਥੱਲੇ ਲਗਾਉਣੀ ਹੈ ਚੀਜ਼ ਜਦੋਂ ਮੂੰਹ 'ਚ ਪਾਉਣੀ ਐ ਐਸਾ दारू ਖਾਏਂ ਗਵਾਰ ਇਦਾਂ ਦੀ ਦਵਾਈ ਖਾ ਜਿਤ ਖੱਦ ਐ ਤੇਰੇ ਜਾਹੇ ਵਿਕਾਰ ਉਹਨੂੰ ਐਨਾ ਹੌਲੀ ਹੌਲੀ ਨਪੇਤ ਨਪੇਤ ਕੇ ਅੰਦਰ ਲੰਗਾ ਕੇ ਇਹ ਦਵਾਈ ਦਾ ਪੂਰਾ ਅਸਰ ਹੋਏ ਵੈਦ ਦਾ ਕਹਿਣਾ ਮੰਨ ਕੇ ਦਵਾਈ ਖਾ ਔਰ ਇਹ ਦਵਾਈ ਦਾ ਫਿਰ ਪੂਰਾ ਅਸਰ ਹੋਏ ਉਹ ਚਲੋ ਆਓ ਹੁਣ ਇਹਨੂੰ ਇੱਕ ਫਿਕਰੇ ਚ ਆਪਾਂ ਕਹਿੰਨੇ ਆ ਦੋਨਾਂ ਲਾਈਨਾਂ ਨੂੰ ਰਹਾਉ ਨੂੰ ਮੂਰਖ ਮਨਾ ਐਸਾ ਨਾਮ ਰੂਪੀ दारू ਖਾ ਪੀ ਭਾਵ ਕੇਵਲ ਨਾਮ ਜਪ ਨਾਮ ਦਾ ਅਭਿਆਸ ਕਰ ਹੌਲੀ 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 ਔਰ ਇਸ दारू ਦੇ ਸੇਵਨ ਨਾਲ ਤੇਰੇ ਸਾਰੇ ਵਿਕਾਰ ਖਤਮ ਹੋ ਸਕਦੇ ਆ ਜਿਤ ਖਾਧੇ ਤੇਰੇ ਜਾਇਂ ਵਿਕਾਰ ਏ ਤੋਂ ਲੈ ਕੇ ਜੀ ਤੱਕ ਜਿੰਨੇ ਤੇਰੇ ਵਿਕਾਰ ਨੇ ਉਹ ਸਾਰੇ ਆ ਦਵਾਈ ਲੈਣ ਨਾਲ ਖਤਮ ਹੋ ਸਕਦੇ ਆ ਹੁਣ ਇਹ ਦਵਾਈ ਆਪਾਂ ਰਹਾਉ ਚ ਪੜ ਰਹੇ ਆ ਵੀ ਇਹ ਦਵਾਈ ਨੂੰ ਬਹੁਤ ਹੌਲੀ ਹੌਲੀ ਪੀਣਾ ਸੀ ਬੜੇ ਆਰਾਮ ਦੇ ਨਾਲ ਔਰ ਉਸੇ ਉਸੇ ਤਰ੍ਹਾਂ ਇਹ ਜਿਹੜੇ ਵਿਕਾਰ ਨੇ ਸਾਡੇ ਅੰਦਰੋਂ ਉੱਡਣੇ ਨੇ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਇਸ ਤਰ੍ਹਾਂ ਹੌਲੀ-ਹੌਲੀ ਅਸੀਂ ਇਹ ਨਾਮ ਦਾ दारू ਸ਼ਕਣਾ ਨਾਮ ਦਾ दारू ਪੀਣਾ ਨਾਮ ਦਾ दारू ਖਾਣਾ ਹੁਣ ਅੱਗੇ ਚੱਲੀਏ ਸ਼ਬਦ ਦਾ ਪਹਿਲਾ ਬੰਦ ਕੀ ਕਹਿੰਦਾ ਦੁੱਖ ਮੌਰਾ ਮਾਰਨ ਹਰ ਨਾਮ ਦੁੱਖਾ ਰੂਪੀ ਜ਼ਹਿਰ ਦਾ ਕੁਸ਼ਤਾ ਕਰਨ ਲਈ ਨਾਮ ਰੂਪੀ ਜੜੀ ਬੂਟੀ ਦੀ ਜ਼ਰੂਰਤ ਹੈ ਆਜੋ ਹੁਣ ਵੈਦ ਤੁਹਾਨੂੰ ਦੱਸਦਾ ਨੁਸਖਾ ਬਾਬਾ ਨਾਨਕ ਬਾਬਾ ਨਾਨਕ ਇਹ ਇਹ ਦੱਸਣ ਲੱਗਾ ਹੁਣ ਨੁਸਖਾ ਵੀ ਕਿੱਦਾਂ ਜਾਣਾ ਕਿੱਥੇ ਜਾਣਾ ਤੇ ਕਿਵੇਂ ਜਾਣਾ ਦੁਖ ਮੋਰਾ ਮਾਰਨ ਹਰ ਨਾਮ ਦੁਖ ਰੂਪੀ ਜ਼ਹਿਰ ਦਾ ਕੁਸ਼ਤਾ ਕਰਨ ਲਈ ਕੁਸ਼ਤਾ ਪਰਸ਼ੀਅਨ ਵਰਡ ਹੈ ਇਹ ਜਿੱਦਾਂ ਦਵਾਈ ਬਣਦੀ ਹੈ ਨਾ ਉਹ ਉਹ ਮੈਨੂੰ ਨਾਮ ਭੁੱਲ ਗਿਆ ਉਹਨੂੰ ਖਰਲ ਕਹਿੰਦੇ ਸ਼ਾਇਦ ਕਈਆਂ ਨੂੰ ਜਾਣਕਾਰੀ ਹੋਣੀ ਆ ਖਰਲ ਦੇ ਵਿੱਚ ਜਾਂ ਪੱਥਰ ਤੇ ਰਗੜ ਰਗੜ ਕੇ ਰਗੜ ਰਗੜ ਕੇ ਇਹਨੇ ਉਹ ਰਗੜਦੇ ਸੀ ਉਹ ਉਹ ਉਹਦੀ ਤਸਵੀਰ ਹੀ ਬਦਲ ਕੇ ਰੱਖ ਦਿੰਦੇ ਸੀ ਇਹ ਤੈਉ ਇੰਨਾ ਕਾਮਯਾਬ ਸੀ ਉਸ ਵੇਲੇ ਇਹ ਜਿਹੜਾ ਦੇਸੀ ਦਵਾਈਆਂ ਦਾ ਇਲਾਜ ਕਿ ਵੈਦ ਬੜੀ ਓਨੈਸਟੀ ਦੇ ਨਾਲ ਉਹ ਦਵਾਈ ਨੂੰ ਬਣਾਉਂਦੇ ਸੀ ਔਰ ਔਰ ਉਹ ਦਵਾਈ ਦਾ ਫਿਰ ਅਸਰ ਹੁੰਦਾ ਸੀ ਔਰ ਉਹ ਦਵਾਈ ਖਾਣ ਵਾਸਤੇ ਭਰੇਜ ਵੀ ਦੱਸਦੇ ਸੀ ਵੀ ਭਾਈ ਤੂੰ ਆਹ ਕੰਮ ਨਹੀਂ ਕਰਨੇ ਆਹ ਚੀਜ਼ ਨਹੀਂ ਖਾਣੀ ਆਹ ਚੀਜ਼ ਖਾਣੀ ਹੈ ਦੁਖ ਮੋਰਾ ਮਾਰਨ ਹਰ ਨਾਮ ਸੋ ਸੋ ਦੁੱਖਾਂ ਰੂਪੀ ਜਿਹੜੇ ਜ਼ਹਿਰ ਸਾਨੂੰ ਜਿਹੜੇ ਸਾਡੇ ਅੰਦਰ ਨੇ ਉਹਨਾਂ ਦਾ ਉਹਨਾਂ ਦਾ ਕੁਸ਼ਤਾ ਕਰਨ ਲਈ ਨਾਮ ਰੂਪੀ ਜੜੀ ਬੂਟੀ ਦੀ ਜ਼ਰੂਰਤ ਹੈ ਦੁਖ ਕਲੇਸ਼ ਇਹ ਇਨਸਾਨੀ ਜੀਵਨ ਵਾਸਤੇ ਜ਼ਹਿਰ ਹੀ ਤੇ ਹੈ ਹੋਰ ਕੀ ਹੈ ਸੋ ਪ੍ਰਮਾਤਮਾ ਦਾ ਨਾਮ ਇਹੀ ਜੜੀ ਬੂਟੀਆਂ ਨੇ ਇਸੇ ਨੂੰ ਵਰਤਣਾ ਸੀ ਮਾਰਨ ਜਿਹੜਾ ਜਿਹੜਾ ਮੋਹਰਾ ਹੁੰਦਾ ਉਹਨੂੰ ਕੁਸ਼ਤਾ ਕਰਨ ਵਾਸਤੇ ਐਨ ਰਗੜਨਾ ਖਰਲ ਦੇ ਵਿੱਚ ਅੱਗੇ ਆ ਜਾਓ ਸਿਲਾ ਸੰਤੋਖ ਪੀਸਣ ਹੱਥਦਾਨ ਸੋ ਇਸ ਕੁਸ਼ਤੇ ਨੂੰ ਹੋਰ ਬਰੀਕ ਕਰਨ ਲਈ ਸੰਤੋਖ ਰੂਪੀ ਸਿਲ ਖਰਲ ਤੈਨੂੰ ਉਹਦੀ ਲੋੜ ਪੈਣੀ ਹੈ ਸੰਤੋਖ ਦੀ ਸੋ ਇਹ ਚੀਜ਼ਾਂ ਇਹ ਜਿਹੜੇ ਕਹਿ ਦਿੰਦੇ ਆ ਜੀ ਇਹ ਸਾਰਾ ਕੁਝ ਜੀ ਪ੍ਰਮਾਤਮਾ ਨਹੀਂ ਕਰਨਾ ਉਹ ਸਭ ਤੋਂ ਵੱਡੇ ਮੂਰਖ ਹੁੰਦੇ ਆ ਓਏ ਆਪ ਵੀ ਤਾਂ ਕਰਨਾ ਆਪਾਂ ਸਕੂਲ ਜਾਂਦੇ ਸੀ ਆਪ ਵੀ ਤਾਂ ਪੜ੍ਹਾਈ ਕਰਦੇ ਸੀ ਨਾ ਟੀਚਰ ਸਾਨੂੰ ਪੜ੍ਹਾਉਂਦਾ ਸੀ ਸਾਰਾ ਕੁਝ ਥੋੜਾ ਟੀਚਰ ਕਰਦਾ ਸੀ ਐਗਜ਼ਾਮ ਥੋੜਾ ਟੀਚਰ ਦਿੰਦਾ ਸੀ ਉਹ ਆਪ ਕਰਨਾ ਪੈਣਾ ਇਹ ਚੀਜ਼ ਨੂੰ ਸੋਚਣਾ ਪੈਣਾ ਉਦਮ ਕਰਨਾ ਪੈਣਾ ਉਹਦੇ ਕੀ ਅਰਦਾਸ ਬੇਨਤੀਆਂ ਕਰੋ ਸਾਨੂੰ ਉਦਮ ਕਰਨ ਦਾ ਬਲ ਬਖਸ਼ ਪਰ ਇਹ ਉਦਮ ਕਰਨਾ ਹੀ ਪੈਣਾ ਆ ਜੋ ਕਰੀਏ ਉਦਮ ਬਣਾਈਏ ਦਵਾਈ ਸਿਲਾ ਸੰਤੋਖ ਪੀਸਣ ਹੱਥਦਾਨ ਸੋ ਇਹ ਜਿਹੜਾ ਕੁਸ਼ਤਾ ਬਣਾਉਣਾ ਇਹਦੇ ਲਈ ਕਰਲ ਦੀ ਜ਼ਰੂਰਤ ਹੈ ਸਿਲ ਦੀ ਜ਼ਰੂਰਤ ਹੈ ਫੇਰ ਗੁਰਪ੍ਰਸਾਦ ਦੇ ਜ਼ਰੀਏ ਗੁਰਪ੍ਰਸਾਦ ਦੇ ਨਾਲ ਨਾਮ ਦਾ ਦਾਨ ਅਭਿਆਸੀ ਦੇ ਹੱਥ ਆਉਂਦਾ ਸਿਲਾ ਸੰਤੋਖ ਪੀਸਣ ਹੱਥ ਦਾਨ ਸੰਤੋਖ ਦੀ ਸਿਲ ਬਣਾਏ ਅਤੇ ਉਹਦੇ ਦਾਨ ਨੂੰ ਆਪਣੇ ਹੱਥ ਵਿੱਚ ਪੀਣ ਵਾਲਾ ਜਿਹੜਾ ਪੱਥਰ ਬਣਾ ਕੇ ਆਪਣੇ ਹੱਥ ਵਿੱਚ ਹੱਥ ਚ ਆ ਜੇ ਸਾਡੇ ਉਹ ਚੀਜ਼ ਇਸ चीज ਨੂੰ ਧਿਆਨ ਨਾਲ ਸਮਝਣਾ ਸਿਲਾ ਸੰਤੋਖ ਪੀਸਣ ਹੱਥ ਦਾਣ ਜਦੋਂ ਗੁਰੂ ਦੀ ਕਿਰਪਾ ਦੇ ਨਾਲ ਇਹ ਬੜਾ ਵੱਡਾ ਫੈਕਟਰ ਹੈ ਉਦਮ ਅਸੀਂ ਕਰਨਾ ਕਿਰਪਾ ਨਦਰ ਅਕਾਲ ਪੁਰਖ ਨੇ ਕਰਨੀ ਹੈ ਔਰ ਉਹ ਨਦਰ ਹੋਏਗੀ ਜੇ ਅਸੀਂ ਉਦਮ ਕਰਾਂਗੇ ਸੋ ਸੰਤੋਖ ਰੂਪੀ ਖਰਲ ਸਾਡੇ ਕੋਲ ਆ ਗਈ ਫੇਰ ਗੁਰੂ ਦੀ ਕਿਰਪਾ ਦੇ ਨਾਲ ਨਾਮ ਦਾ ਦਾਨ ਅਭਿਆਸੀ ਦੇ ਹੱਥ ਚੜਦਾ ਹੱਥ ਚਾਉਂਦਾ ਅੱਗੇ ਚੱਲੀਏ ਨਿਤ ਨਿਤ ਲੈ ਨਾ ਚੀਜੈ ਦੇ ਕਹਿੰਦੇ ਇਹ ਨਾਮ ਜਪਣ ਵਾਲੇ ਕੁਸ਼ਤੇ ਦਾ ਸੇਵਨ ਜਿਹੜੀ ਦਵਾਈ ਬਣ ਗਈ ਕੁਸ਼ਤੇ ਚ ਬੜੀਆਂ ਚੀਜ਼ਾਂ ਪੈਂਦੀਆਂ ਪੁਰਾਣਾ ਲਫ਼ਜ਼ ਆਏ ਇਹ ਐਨਿਕ ਇਹ ਜਰਮਨ ਦੇ ਵਿੱਚ ਪਹਿਲਾਂ ਬਣਦੇ ਹੁੰਦੇ ਸੀ ਅੱਜਕਲ ਵੀ ਬਣਦੇ ਆ ਲੇਕਿਨ ਇਹਦਾ ਤੁਰਾ ਜਿਹੜਾ ਹੈ ਇਹ ਹਿੰਦੁਸਤਾਨ ਇੰਡੀਆ ਦੀ ਧਰਤੀ ਆ ਵੈਦਾਂ ਕੋਲ ਇੰਨਾ ਕ ਗਿਆਨ ਹੁੰਦਾ ਸੀ ਕਿ ਉਹ ਇੰਨਾ ਕੁਝ ਰਲਾ ਮਿਲਾ ਕੇ ਐਸਾ ਇੱਕ ਕੁਸ਼ਤਾ ਤਿਆਰ ਕਰਦੇ ਸੀ ਕਿ ਬੰਦਾ ਬੁੱਢਾ ਨਹੀਂ ਸੀ ਹੁੰਦਾ ਔਰ ਉਮਰਾਂ 120 ਵੀ 125-25 ਸਾਲ ਤੱਕ ਜਾਂਦੀਆਂ ਸੀ ਸੋ ਇਸ ਨਾਮ ਜਪਣ ਵਾਲੇ ਕੁਸ਼ਤੇ ਦਾ 7 ਅਸੀਂ ਰੋਜ਼ ਕਰਨਾ ਤਾਂ ਕਿ ਅਸੀਂ ਜਨਮ ਮਰਨ ਦੇ ਗੇੜ ਚੋਂ ਬਚ ਜਾਈਏ ਨਿਤ ਨਿਤ ਲੈ ਨਾ ਛੀਜ ਜੈਦੇ ਸੋ ਇਹਨੂੰ ਸਦਾ ਖਾਂਦੇ ਰਵਾਂਗੇ ਖਾਣ ਤੋਂ ਭਾਵ ਪੀਣ ਤੋਂ ਇੰਨਾ ਹੌਲੀ ਹੌਲੀ ਇਹ ਹਰਕਾ ਬਿਲਾਵਨਾ ਬਿਲਾਵੋ ਮੇਰੇ ਭਾਈ ਸਹਿਜ ਬਿਲਾਵੋ ਜੈਸੇ ਤਤ ਨਾ ਜਾਈ ਜੇ ਅਸੀਂ ਇਹਨੂੰ ਫਾਸਟ ਕਰਾਂਗੇ ਵਾਹ 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 ਉਹ ਤਤ ਨਹੀਂ ਹੱਥ ਲੱਗਣਾ ਇਸ ਗੱਲ ਨੂੰ ਸਮਝੋ ਸਟੇਜਾਂ ਤੇ ਉੱਚੀ ਉੱਚੀ ਵਾਹੂ 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 ਐਨੀ ਤੇਜ਼ ਕਰਦੇ ਆ ਪਤਾ ਵੀ ਨਹੀਂ ਲੱਗਦਾ ਵੀ ਸ਼ਬਦ ਜਪ ਰਹੇ ਕਿ ਕੀ ਕਰ ਰਹੇ ਉਹ ਫਿਰ ਗਿਆਨ ਦੇੰਦੇ ਅੱਗੋਂ ਵੀ ਇਹ ਇਹ ਸਤਿਗੁਰ ਸਾਡੀ ਭਾਵਨਾ ਨੂੰ ਸਮਝਦਾ ਔਰ ਕਿੰਨੇ ਕਿੰਨੇ ਰੋਗ ਇਕੱਠੇ ਹੋਏ ਆ ਉਹਨਾਂ ਦੇ ਸਰੀਰ ਦੇ ਵਿੱਚ ਫੇਰ ਨਹੀਂ ਸਮਝਦੇ ਆ ਹੁਣੇ ਆਪਾਂ ਗੱਲ ਕਰਕੇ ਹਟੇ ਆਂ ਨੇਤਨੇਤ ਲੈ ਨਾ ਚੀਜੇ ਦੇ ਐਨਾ ਜਿਹੜਾ ਪੁਸ਼ਤਾ ਨਾਮ ਦਾ ਉਹਨੂੰ ਐਨੇ ਹੌਲੀ ਹੌਲੀ ਪਿਆਰ ਦੇ ਨਾਲ ਉਹ ਲੈਣਾ ਜਨਮ ਮਰਨ ਤੋਂ छुटਕਾਰਾ ਹੋ ਜਾ ਇਹ ਜਿਹੜੀ ਆਤਮਿਕ ਰੂਪੀ ਦਵਾਈ ਹੈ ਜਿਹੜੀ ਦਿਸਦੀ ਨਹੀਂ ਨਾ ਚੀਜੇ ਦੇ ਸਰੀਰ ਵੀ ਨਹੀਂ ਛਿੱਜੂਗਾ ਜਿਹੜੀ ਸਰੀਰ ਤਾਕਤ ਔਰ ਦਿਮਾਗ ਦੀ ਜਿਹੜੀ ਵਰਕਿੰਗ ਹੈ ਉਹ ਪੂਰੀ ਦੀ ਪੂਰੀ ਰਹੂਗੀ 100% ਅਖੀਰ ਤੱਕ ਛਿੱਜੂਗੀ ਨਹੀਂ ਨਾ ਚੀਜ ਦੇ ਔਰ ਦੇਵ ਵੀ ਤੁਹਾਡੀ ਨਾਮ ਅਭਿਆਸ ਦੇ ਨਾਲ ਐਨ ਤਕੜੀ ਹੋ ਜੂ ਰੋਗਾਂ ਤੋਂ ਮੁਕਤ ਹੋ ਜਾਗਾ ਹੋਰ ਅਗੇ ਚਲੀਏ ਅੰਤ ਕਾਲ ਜਮ ਮਾਰੈ ਖੇ ਆਜੋ ਹੁਣ ਇੱਥੇ ਫੇਰ ਲਫਜ਼ ਆ ਗਿਆ ਇੱਥੇ ਆ ਤੱਤੇ ਨੂੰ ਸਿਹਾਰੀ ਨਹੀਂ ਆ ਅੰਤ ਦੇ ਕਾਲ ਨੂੰ ਸਿਹਾਰੀ ਆ ਗਈ ਲੇਕਿਨ ਮੀਨਿੰਗ ਉਹੀ ਰਹਿਣਾ ਹੈ ਜਿੱਦਾਂ ਆਪਾਂ ਗੁਰ ਬਿਨ ਦਾ ਜ਼ਿਕਰ ਕੀਤਾ ਸੀ ਬਿਨ ਦੇ ਨੰਨੇ ਨੂੰ ਔਂਕੜ ਆ ਜਾਂਦਾ ਕਈ ਵਾਰੀ ਗੁਰ ਦੇ ਰਾਰੇ ਨੂੰ ਔਂਕੜ ਨਹੀਂ ਆਉਂਦਾ ਪਰ ਉਹਦਾ ਮੀਨਿੰਗ ਨਹੀਂ ਚੇਂਜ ਹੁੰਦਾ ਸੋ ਜਿਉਂ-ਜਿਉਂ ਅਸੀਂ ਇਹ ਨਾਮ ਜਪਣ ਵਾਲੇ ਕੁਸ਼ਤੇ ਦਾ ਸੇਵਨ ਰੋਜ਼ ਕਰਾਂਗੇ ਅਸੀਂ ਜਨਮ ਮਰਨ ਦੇ ਗੇੜ ਚੋਂ ਬਚ ਜਾਗੇ ਔਰ ਫਿਰ ਸਾਰੀ ਉਮਰ ਮੌਤ ਦਾ ਡਰ ਨਹੀਂ ਸਤਾਏਗਾ ਅੰਤ ਕਾਲ ਤੱਕ ਜਮ ਮਾਰਿਆ ਠੇ ਉਹ ਜਮ ਦਾ ਜਿਹੜਾ ਮੌਤ ਦਾ ਡਰ ਹੈ ਉਸ ਤੋਂ ਮੁਕਤ ਹੋ ਜਾਗੇ ਅਖੀਰ ਤੱਕ ਸਾਨੂੰ ਕਿਸੇ ਗੰਗਾ ਜਲ ਨੂੰ ਮੂੰਹ ਚ ਪਾਉਣ ਦੀ ਲੋੜ ਨਹੀਂ ਪਊਗੀ ਕੋਈ ਕਲਮਾ ਪੜਾਉਣ ਦੀ ਲੋੜ ਨਹੀਂ ਪਊਗੀ ਔਰ ਕੋਈ ਸੋ ਘਰ ਲੱਭਿਆ ਭੋਗ ਪਾਉਣ ਦੀ ਲੋੜ ਨਹੀਂ ਪਊਗੀ ਇਹ ਇੰਨਾ ਤਾਕਤਵਰ ਸ਼ਬਦ ਹੈ ਇੰਨਾ ਨਾਮ ਅਭਿਆਸ ਦਾ ਜਿਹੜਾ ਸ਼ਬਦ ਦੀ ਸ਼ਬਦੀ ਪਾਵਰ ਹੈ ਜਮ ਅੰਤਕਾਲ ਜਮ ਮਾਰੇ ਤੇ ਅੰਤਕਾਲ ਤੱਕ ਤੈਨੂੰ ਮੌਤ ਦਾ ਜਿਹੜਾ ਡਰ ਹੈ ਉਹ ਨਹੀਂ ਸਤਾਏਗਾ ਕਿਉਂ ਕਿਉਂ ਹੋਏਗਾ ਇਦਾਂ ਐਸਾ दारू ਖਾਏ ਗਵਾਰੋ ਮੂਰਖਾ ਆਹ दारू ਪੀ ਆਹ दारू ਖਾ ਜਿਤ ਖਾਦੇ ਤੇਰੇ ਜਾਏ ਵਿਕਾਰ ਜਿਤੇ ਖਾਣ ਨਾਲ ਤੇਰੇ ਅੰਦਰੋਂ ਵਿਕਾਰ ਮੁੱਕ ਜਾਣਾ ਹੋਰ ਅਗੇ ਚਲੀ ਜੀ ਰਾਜ ਮਾਲ ਜੋਬਨ ਸਭ ਛਾਂ ਦੁਨੀਆ ਦਾ ਰਾਜ ਧਨ ਪਦਾਰਥ ਤੇ ਜਵਾਨੀ ਇੱਕ ਪਰਛਾਵੇਂ ਦੀ ਨਿਆਈ ਹੈ ਰੱਥ ਫਿਰੰਦਾ ਦੀ ਸੰਤਾਵ ਬੇਸ਼ੱਕ ਤੂੰ ਰੱਥਾਂ ਤੇ ਚੜ ਕੇ ਦੁਨੀਆ ਦੀ ਨਜ਼ਰ ਵਿੱਚ ਥਾਂ ਥਾਂ ਘੁੰਮਦਾ ਫਿਰ ਇਹ ਪ੍ਰਾਣਾ ਸਮੇ ਦਾ ਫਰਕ ਹੈ ਲਫ਼ਜ਼ਾਂ ਦਾ ਆ ਥੋੜਾ ਫਰਕ ਹੈ ਸਮਝਣਾ ਪਊ ਅਮੀਰ ਹੋ ਕੇ ਜਿਹੜੇ ਲੋਕ ਵੱਡੀਆਂ-ਵੱਡੀਆਂ ਗੱਡੀਆਂ ਰੱਖਦੇ ਆ ਕਿਉਂਕਿ ਧਨ ਪਦਾਰਥ ਬਹੁਤ ਆ ਉਹਨਾਂ ਕੋਲ ਸੋ ਵੱਡੀਆਂ-ਵੱਡੀਆਂ ਗੱਡੀਆਂ ਤੇ ਚੜ ਕੇ ਆ ਜਿਹੜੇ ਸੰਤ ਲੋਕ ਜਿੰਨੇ ਆ ਵੱਡੇ-ਵੱਡੇ ਜੋ ਦਿਸੇ ਲੋਕ ਇਹ ਸਭ ਜਿਹੜੇ ਝੂਠੇ ਆਪਣੇ ਆਪ ਨੂੰ ਸੋ ਕਾਲਡ ਸੰਤ ਬਣਾ ਲੈਂਦੇ ਆ ਉਹ ਫਿਰ ਵੱਡੀਆਂ-ਵੱਡੀਆਂ ਗੱਡੀਆਂ ਤੇ ਚੜਦੇ ਆ ਕਿ ਚਲੋ ਕੀ ਗੱਲ ਕਰਨੀ ਹੈ ਉਹਨਾਂ ਬਾਰੇ ਪਤਾ ਸਾਰਿਆਂ ਨੂੰ ਤੁਸੀਂ ਮੇਰੀ ਭਾਵਨਾ ਨੂੰ ਸਮਝ ਗਏ ਹੋ ਦੁਨੀਆ ਦਾ ਰਾਜ ਧਨ ਪਦਾਰਥ ਜਵਾਨੀ ਇੱਕ ਪਰਛਾਵੇਂ ਦੀ ਤਰ੍ਹਾਂ ਪਤਾ ਨਹੀਂ ਕਿਹੜੇ ਵੇਲੇ ਪਟਾਕਾ ਪੈ ਜਾਣਾ ਬੰਦੇ ਦਾ ਭਾਵੇਂ ਤੂੰ ਵੱਡੀਆਂ-ਵੱਡੀਆਂ ਗੱਡੀਆਂ ਤੇ ਰੱਥਾਂ ਤੇ ਚੜ ਕੇ ਦੁਨੀਆ ਦੀ ਨਜ਼ਰ ਵਿੱਚ ਥਾਂ-ਥਾਂ ਤੇ ਘੁੰਮਦਾ ਫਿਰ ਰੱਥ ਫਿਰੰਦਾ ਦਿਸੇ ਤਾਂ ਦੇ ਨਾ ਨਾ ਹੋਵੇ ਜਾਤ ਪ੍ਰਭੂ ਦੇ ਦਰ ਤੇ ਤੇਰੇ ਰੁਤਬੇ ਜਵਾਨੀ ਤੇਰੀ ਜਾਤ ਦੀ ਕੋਈ ਵਕਤ ਨਹੀਂ ਐ ਦੇਨਾ ਨਾ ਨਾ ਹੋਵੇ ਜਾਤ ਉਥੇ ਕੋਈ ਵਕਤ ਨਹੀਂ ਐ ਤੇਰੀ ਤੇਰੇ ਰਤਬੇ ਦੀ ਤੇਰੀ ਜਵਾਨੀ ਦੀ ਉਥੇ ਦੇਓ ਐਥੇ ਸਭ ਰਾਤ ਅਕਾਲ ਪੁਰਖ ਦੇ ਦਰ ਤੇ ਨਾਮ ਰੂਪੀ ਦਿਨ ਸਦਾ ਚੜਿਆ ਰਹਿੰਦਾ ਪਰ ਮਾਤ ਲੋਕ ਵਿੱਚ ਮਾਇਆ ਰੂਪੀ ਰਾਤ ਦਾ ਗਲਬਾ ਹੈ ਕੰਟਰੋਲ ਹੈ ਉਥੇ ਦੇਹੂ ਇੱਥੇ ਸਭ ਰਾਤ ਸੋ ਇਸ ਹਨੇਰੇ ਚੋਂ ਨਿਕਲਣ ਵਾਸਤੇ ਇਹ ਰਤਬਿਆਂ ਚੋਂ ਨਿਕਲਣ ਵਾਸਤੇ ਇਹ ਅਮੀਰੀ ਦੇ ਦਿਖਾਵਿਆਂ ਚੋਂ ਨਿਕਲਣ ਵਾਸਤੇ ਆ ਤੂੰ ਪ੍ਰੇਜ ਕਰਨੇ ਆ ਭਾਈ ਨਾਰਾਜ ਦੀ ਇੱਛਾ ਨਾ ਜਵਾਨੀ ਦਾ ਮਾਣ ਨਾ ਵੱਡੀਆਂ ਵੱਡੀਆਂ ਗੱਡੀਆਂ ਦਾ ਮਾਣ ਆਤ ਪ੍ਰੇਜ ਕਰਨੇ ਆ ਤੈਨੂੰ ਦਵਾਈ ਤੇ ਮੈਂ ਦੱਸ ਰਿਹਾ ਪਰ ਆ ਪ੍ਰੇਜ ਵੀ ਨਾਲ ਨਾਲ ਤੈਨੂੰ ਕਰਨੇ ਪੈਣੇ ਐਸਾ दारू ਖਾਏਂ ਗਵਾਰ ਜਿਤ ਖਾਦੇ ਤੇਰੇ ਜਾਹੇ ਵਿਕਾਰ ਹੋਰ ਅੱਗੇ ਆ ਜੋ ਸਾਧ ਕਰ ਸਮਦਾ ਤ੍ਰਿਸ਼ਣ ਕਿਉ ਤੇਲ ਕਾਮ ਕ੍ਰੋਧ ਅਗਨੀ ਸਿਉ ਮੇ ਦੁਨਿਆਵੀ ਪਦਾਰਥਾਂ ਦੇ ਸਵਾਦਾਂ ਨੂੰ ਹਵਨ ਦੀ ਲੱਕੜੀ ਬਣਾ ਦੁਨਿਆਵੀ ਪਦਾਰਥਾਂ ਦੇ ਸਵਾਦਾਂ ਨੂੰ ਹਵਨ ਦੀ ਲੱਕੜੀ ਬਣਾ ਅਤੇ ਮਾਇਆ ਦੀ ਤ੍ਰਿਸ਼ਨਾ ਨੂੰ ਘਿਓ ਤੇ ਤੇਲ ਬਣਾ ਸਾਧ ਕਰ ਸਮਦਾ ਤ੍ਰਿਸ਼ਨ ਘਿਓ ਤੇਲ ਕਾਮ ਕ੍ਰੋਧ ਅਗਨੀ ਸਿਓਮੇ ਜਿਹੜੇ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਮਾਇਆ ਟੋਟਲ ਇਹਨੂੰ ਕਿਉਂ ਤੇ ਤੇਲ ਬਣਾ ਹோம் ਜਗ ਅਰ ਪਾਠ ਪੁਰਾਣ ਕਾਮ ਕ੍ਰੋਧ ਸਾਰਿਆਂ ਵਿਕਾਰਾਂ ਨੂੰ ਇਕੱਠਾ ਕਰਕੇ ਹਵਨ ਦੇ ਵਿੱਚ ਸਾੜਦੇ ਇਹੀ ਜੱਗ ਇਹੀ ਹੈ ਹਵਨ ਇਹੀ ਹੈ ਪੁਰਾਣਾ ਆਦਿਕਾਂ ਦੇ ਪਾਠ ਐਸਾ دارو ਜੇ ਨਾਮ ਜਪੀ ਜਾਓਗੇ ਆ ਜਿਹੜਾ ਸੋ ਕਾਲਡ ਮਾਈਂਡ ਸੈਟ ਹੋਇਆ ਵੀ ਪਾਠ ਕਰਨਾ ਪੰਜ ਪੰਜ ਵਾਰੀ ਪੜ੍ਹਨਾ ਜਾਂ 7 ਵਾਰੀ ਪੜ੍ਹਨਾ ਜਾਂ ਸਵੇਰੇ ਕਰਨਾ ਜਾਂ ਦੁਪਹਿਰ ਨੂੰ ਕਰਨਾ ਜਾਂ ਸ਼ਾਮ ਨੂੰ ਜਾਂ ਰਾਤ ਨੂੰ ਸੌਣ ਲੱਗਿਆਂ ਇਹ ਸਭ ਪਰੰਪਰਿਕੇ ਨਿਕਲ ਜਾਣੇ ਤੇਰੇ ਅੰਦਰੋਂ ਕਾਮ ਕ੍ਰੋਧ ਸਾਰਿਆਂ ਵਿਕਾਰਾਂ ਨੂੰ ਇਕੱਠਾ ਕਰਕੇ ਆ ਹਵਨ ਦੀ ਅੱਗ ਦੇ ਵਿੱਚ ਸਾੜ ਦੇ ਆ ਇਹ ਹਵਨ ਅਸਲੀ ਇਹ ਹੈ ਜਗ ਅਸਲੀ ਇਹ ਹੀ ਧਾਰਮਿਕ ਪੁਸਤਕਾਂ ਪੁਰਾਣਾਂ ਦਾ ਪਾਠ ਹੈ ਹੋਮ ਜਗ ਅਰ ਪਾਠ ਪੁਰਾਣ ਜੋਤਿ ਸੁਭਾਵੈ ਸੋ ਪਰਵਾਨ ਜੋ ਪਰਮਾਤਮਾ ਨੂੰ ਪਾਉਂਦਾ ਉਹਨੂੰ ਪ੍ਰਵਾਨ ਕਰ ਇਹ ਚੀਜ਼ ਪਰਮਾਤਮਾ ਨੂੰ ਚੰਗੀ ਲੱਗਦੀ ਹੈ ਤੁਦ ਭਾਵੈ ਤੇਰੀ ਬੰਦਗੀ ਸਿਸਟਮ ਹੈ ਸਾਨੂੰ ਫੋਲੋ ਕਰਨਾ ਹੀ ਪੈਣਾ ਹੈ ਬੰਦਗੀ ਕਰਨ ਵਾਲਾ ਪ੍ਰਭੂ ਨੂੰ ਪਾਉਂਦਾ ਹੈ ਤੇ ਉਹ ਹੀ ਪੰਚ ਪ੍ਰਵਾਨ ਹੁੰਦਾ ਹੈ ਐਸਾ دارو ਕਾਇਂ ਗਵਾਰ ਜਿਤ ਖਾਦੇ ਤੇਰੇ ਜਾਇਂ ਵਿਕਾਰ ਆਓ ਹੁਣ ਹੋਰ ਅੱਗੇ ਚਲੀਏ ਦੇਖੀਏ ਹੋਰ ਕੀ ਪ੍ਰੇਰ ਸਾਨੂੰ ਦੱਸਦੇ ਆ ਕੱਪ ਕਾਗਦ ਤੇਰਾ ਨਾਮ ਨਿਸ਼ਾਨ ਜਿੰਨ ਕੋ ਲਿਖਿਆ ਇਹ ਨਿਧਾਨ ਤਪ ਕਾਗਦ ਨਾਮ ਜਪਣ ਦੀ ਕਰਨੀ ਤੇਰਾ ਕਾਗਜ਼ ਹੈ ਪੇਪਰ ਜਿਹਨੂੰ ਕਹਿ ਦਿੰਦੇ ਆ ਨਾਮ ਜਪਣ ਦੀ ਕਰਨੀ ਤੇਰਾ ਕਾਗਜ਼ ਹੈ ਤੇ ਬੰਦਗੀ ਉਸ ਕਾਗਜ਼ ਤੇ ਲਿਖੀ ਰਾਹਦਾਰੀ ਸਪਾਂਸਰਸ਼ਿਪ ਜਿੰਨੂੰ ਆਪਾਂ ਕਹਿੰਦੇ ਆ ਉਹ ਇੱਥੋਂ ਜਦੋਂ ਨੋਟਰੀ ਮੋਹਰ ਲਾ ਕੇ ਭੇਜਦਾ ਹੈ ਉੱਥੇ ਫਿਰ ਇੰਡੀਆ 'ਚ ਅਸੀਂ ਸਾਰੇ ਆਏ ਆ ਵੀਜ਼ੇ ਸਾਨੂੰ ਮਿਲਦੇ ਆ ਨਾਮ ਜਪਣ ਦੀ ਕਰਨੀ ਤੇਰਾ ਕਾਗਜ਼ ਹੈ ਤੇ ਬੰਦਗੀ ਉਸ ਕਾਗਜ਼ ਤੇ ਲਿਖੀ ਰਾਹਦਾਰੀ ਹੈ ਤਪ ਕਾਗਜ਼ ਤੇਰਾ ਨਾਮ ਨਿਸ਼ਾਨ ਨਾਮ ਦੀ ਮੋਰ ਲੱਗੀ ਐ ਨੋਟਰੀ ਦਾ ਨਿਸ਼ਾਨ ਨਾਮ ਦਾ ਲੱਗਿਆ ਜਿੰਨ ਕੋ ਲਿਖਿਆ ਇਹ ਨਿਧਾਨ ਇਹ ਨਾਮ ਦਾ ਖਜ਼ਾਨਾ ਇਹ ਲਿਖਿਆ ਹੋਇਆ ਪਰਵਾਨਾ ਹੈ ਜਿਸ ਅਬਿਆਸੀ ਨੂੰ ਮਿਲ ਜਾਂਦਾ ਉਹ ਪ੍ਰਭੂ ਦੇ ਦਰ ਦੇ ਉੱਤੇ ਤਣਾੜ ਦਿਸਦੇ ਆ ਜਿੰਨ ਕੋ ਲਿਖਿਆ ਇਹ ਨਿਧਾਨ ਸੇਤਨਵੰਤ ディースੇ ਘਰ ਜਾਏ ਸੇਤਨਵੰਤ ਉਹ ਫੇਰ ਅਕਾਲਪੁਰਖ ਦੇ ਦਰ ਦੇ ਉਹ ਰਤਬੇ ਸਾਰੇ ਉੱਥੇ ਉਹਨਾਂ ਨੂੰ ਮਿਲਦੇ ਆ ਹੁਣ ਫੈਸਲਾ ਕੀ ਦੇਣ ਲੱਗੇ ਆ ਸੇਤਨਵੰਤ ディースੇ ਘਰ ਜਾਏ ਨਾਨਕ ਜਨਨੀ ਧੰਨੀ ਮਾਇ ਨਾਨਕ ਜੋਤ ਕਹਿਣ ਲੱਗੀ ਐ ਐਸਾ ਅਬਿਆਸੀ ਸ ਸ ਸੇ ਅਭਿਆਸੀ ਨੂੰ ਜਨਮ ਦੇਣ ਵਾਲੀ ਮਾਂ ਵੀ ਭਾਗਾ ਵਾਲੀ ਹੈ ਤੰਤਾ ਯੋਗ ਹੈ। ਦਾanak ਜਨਨੀ ਤੰਨੀ ਮਾਇ ਇੱਥੇ ਇਹ ਸ਼ਬਦ ਜਿਹੜਾ ਸਮਾਪਤ ਹੁੰਦਾ ਔਰ ਸਾਡਾ ਜਿਹੜਾ ਗੁਰਬਾਣੀ ਅਤੇ ਪਾਠ ਅਸੀਂ ਟਾਪਿਕ ਲੈ ਕੇ ਵਿਚਾਰ ਕਰਦੇ ਆ ਰਹੇ ਸੀ ਉਹ ਟਾਪਿਕ ਵੀ ਅੱਜ ਆਪਣਾ ਖਤਮ ਹੁੰਦਾ ਸਮਾਪਤ ਹੁੰਦਾ ਸੋ ਰਿਜ਼ਲਟ ਸਾਡੇ ਸਾਹਮਣੇ ਆ ਅਸੀਂ ਤਰਤੀਬ ਵਾਰ ਅਸੀਂ ਸ਼ਬਦ ਸ਼ੁਰੂ ਕੀਤੇ ਐ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਅੰਗਾਂ ਚੋਂ ਹੁੰਦੇ 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 ਅਸੀਂ ਆ 1200 56 57 ਤੇ ਸ਼ਬਦ ਬਾਬੇ ਨਾਨਕ ਦਾ ਵੱਡਿਆ ਅੱਜ ਜਿਹਦੇ ਚ ਸਾਨੂੰ ਇਹੋ ਗਿਆਨ ਮਿਲਦਾ ਵੀ ਨਾਮ ਜਪਣ ਤੋਂ ਬਿਨਾ ਗਤੀ ਨਹੀਂ ਹੈ ਇਹ ਹੀ ਸਭ ਤੋਂ ਵੱਡਾ ਦਾਰੂ ਹੈ ਇਸੇ ਨੇ ਸਾਨੂੰ ਪ੍ਰਮਾਤਮਾ ਤੱਕ ਲੈ ਕੇ ਜਾਣਾ ਔਰ ਕਦੇ ਵਿਸਾਨੀ ਖਾਣਾ ਹਰ ਸਾ ਜਦੋਂ ਵੇਲੇ ਹੋ ਜਦੋਂ ਖਿਆਲ ਆਵੇ ਉਦੋਂ ਪ੍ਰਮਾਤਮਾ ਦਾ ਨਾਮ ਜਪ ਲਿਆ ਕਰੋ ਤੁਰਦੇ ਫਿਰਦੇ ਗੱਡੀ ਚਲਾਉਂਦੇ ਕੰਮਕਾਰ ਕਰਦੇ ਵਾਹਿਗੁਰੂ ਵਾਹਿਗੁਰੂ ਕਰ ਲਿਆ ਕਰੋ ਇਹੀ ਇਹੀ ਬਾਬਾ ਨਾਨਕ ਚਾਹੁੰਦਾ ਏਸੇ ਨਾਲ ਅਸੀਂ ਅਕਾਲ ਪੁਰਖ ਦੀ ਜੇ ਜੇ ਅਕਾਲ ਪੁਰਖ ਨੂੰ ਹਾਸਲ ਨਹੀਂ ਕਰ ਸਕਾਂਗੇ ਤੇ ਉਹਦੀ ਨੇੜਤਾ ਜ਼ਰੂਰ ਹਾਸਲ ਕਰ ਸਕਾਂਗੇ ਅਸੀਂ ਰਕਾਰਾਂ ਤੋਂ ਜ਼ਰੂਰ ਬਚ ਸਕਾਂਗੇ ਸੋ ਇੱਥੇ ਅੱਜ ਸਾਡਾ ਟੌਪਿਕ ਜਿਹੜਾ ਖਤਮ ਹੋ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਵੀ ਉਹ ਜੇਕਰ ਆਪਣੀ ਵਿਚਾਰ ਰੱਖਣੀ ਚਾਹੁੰਦੇ ਆ ਤੇ ਉਹ ਜ਼ਰੂਰ ਆਪਣੀ ਵਿਚਾਰ ਇੱਥੇ ਰੱਖਣ ਸਾਂਝ ਪਾਉਣ ਵੀ ਉਹਨਾਂ ਨੇ ਇਹ ਸਾਰੇ ਜਿਹੜਾ ਟਾਪਿਕ ਅਪਨ ਲਿਆ ਪਾਰਟ ਦਾ ਇਸ ਨੂੰ ਕੀ ਭਾਵ ਲਿਆ ਜਾਂ ਜੇ ਕੋਈ ਸਵਾਲ ਹੈ ਵਿਚਾਰ ਵੀ ਦੇ ਸਕਦੇ ਹੋ ਜੇ ਕੋਈ ਗੱਲ ਕਲੀਅਰ ਨਹੀਂ ਹੈ ਉਹਨੂੰ ਪੁੱਛ ਵੀ ਸਕਦੇ ਹੋ ਜੇ ਅਸੀਂ ਹੁਣ ਜਵਾਬ ਦੇਣ ਦੇ ਕਾਬਿਲ ਹੋਏ ਹੁਣੇ ਦੇ ਦੇਵਾਂਗੇ ਨਹੀਂ ਤੇ ਫਿਰ ਅਗਲੇ ਸੰਡੇ ਉਹ ਸਵਾਲ ਦਾ ਜਵਾਬ ਦਿੱਤਾ ਜਾਊਗਾ ਆ ਜਾਓ ਜੀ ਮੈਦਾਨ 'ਚ ਆਪਣੇ ਆਪ ਨੂੰ ਅਨਮਿਊਟ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਈ ਥਿੰਕ ਵੈ ਜੀਲਾ ਆ देयर ਆ ਸੀ ਵੀ ਹਮ ਕਮ ਏਟਲੀਸਟ ਫੋਰ ਮੀ ਇਨ ਮਾਈ ਪਰਸਨਲ ਜਰਨੀ ਆਵ ਹਮ ਕਮ ਲਾਈਕ ਫੁੱਲ ਸਰਕਲ ਜਦੋਂ ਸੀ ਸ਼ੁਰੂ ਕੀਤਾ ਸੀਗਾ ਵਿਚਾਰ ਕਰਨਾ ਇਸ ਟਾਪਿਕ ਤੇ ਤਾਂ ਲੱਗਦਾ ਸੀ ਬਹੁਤ ਕੰਪਲੈਕਸ ਪ੍ਰਿੰਸੀਪਲ ਹੈ ਹਾਂਜੀ ਜੋ ਯੂ نو ਫਿਰ ਜਦੋਂ ਜਿਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਕਰਦੇ ਗਏ ਐ ਐਕਸਪਲੇਨੇਸ਼ਨ ਤਾਂ ਲੱਗਿਆ ਕਿ ਇਟ ਇਜ਼ you know it is getting simpler and simplified and you know it, you know I probably can't implement this but now again it's I think I've come full circle key du unreachable destinationiki it's pretty much Carlo jovi Carlo but it's you know until we reach that depth of that understanding it's not going to be possible so it, it is a good feeling ki you know there is more to do and more to learn and uh, but I'm just describing my own personal journey. I'm not sure Baki vichar which are ki you know it's no, thats for me. that's absolutely fine, but what is not possible? What you want to uh, say, just the, please elaborate. Concept hai ki, uh, uh, you know what was drilled into us, right? You know, I'm almost fifty years old and Usto peelle Azta a drilled kitayaki.

ਜੀ ਕਰ ਰਹੇ ਹੁੰਦੇ ਐਟ ਲੀਸਟ ਉਹ ਤੇ ਸਿੰਪਲੀਫਾਈ ਹੋਇਆ ਪਾਥ ਬਟ ਅਸੀਂ ਆਪੇ ਹੀ ਕੰਪਲੀਕੇਟ ਕਰ ਲਿਆ ਯੂ نو ਅਸੀਂ ਕੀਤਾ ਪੈਰੈਂਟਸ ਨੇ ਕੀਤਾ ਸੋਸਾਇਟੀ ਨੇ ਕੀਤਾ ਗੁਰਦੁਆਰੇ ਨੇ ਕੀਤਾ ਸਾਰਿਆਂ ਯੂ نو 올 ਕੇਮ ਟੂਗੇਦਰ ਐਂਡ ਵੀ ਵਰ ਕੰਪਲੀਟਲੀ ਕਨਫਿਊਜ਼ ਸੋਲਸ ਜੀ 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 ਸੋ ਸੋ ਇਹ ਇਹ ਹੋਰ ਨੂੰ ਕਲੀਅਰ ਕਰ ਦਿੰਨੇ ਆ ਭਾਈ ਇਹ ਕਿਸੇ ਦਾ ਕਿਸੋਰ ਨਹੀਂ ਸੀ ਸਾਨੂੰ ਜੋ ਸਾਡੇ ਐਂਸੈਸਟਰਸ ਦੱਸ ਦੇਗੇ ਉਦਾਂ ਉਦਾਂ ਸੜ ਪੀੜੀਦਰ ਪੀੜੀ ਅਸੀਂ ਇਹ ਚੀਜ਼ਾਂ ਨੂੰ ਫਾਲੋ ਕਰਦੇ ਗਏ ਬਾਬੇ ਨਾਨਕ ਨੇ ਜਿਸ ਦਿਨ ਤੋਂ ਇਹ ਗਿਆਨ ਵੰਡਣਾ ਸ਼ੁਰੂ ਕੀਤਾ ਪ੍ਰੈਕਟੀਕਲ ਕਰਨਾ ਸ਼ੁਰੂ ਕੀਤਾ ਉਸੇ ਦਿਨ ਤੋਂ ਜਿਹੜੇ ਦੋ ਵੱਡੇ ਮਜ਼ਬਬ ਸੀ ਬਾਬੇ ਨਾਨਕ ਦੇ ਪ੍ਰਿੰਸੀਪਲਸ ਦੇ ਬਾਬੇ ਨਾਨਕ ਦੀ ਥਿਊਰੀ ਦੇ ਬਾਬੇ ਨਾਨਕ ਦੇ ਫਲਸਫੇ ਦੇ ਉਹ ਦੁਸ਼ਮਣ ਬਣ ਗਏ ਸੀ ਉਹਨਾਂ ਨੂੰ ਦੋਨਾਂ ਨੂੰ ਆਪਣਾ ਜਿਹੜਾ ਮਜ਼ਹਬ ਖਤਰੇ ਚ ਲੱਗਿਆ ਔਰ ਅੱਜਕਲ ਆਪਾਂ ਦੇਖਦੇ ਆਂ ਵੀ ਜਿੱਦਾਂ ਫਿਜ਼ੀਕਲੀ ਸਾਨੂੰ ਦੇਖਦਾ ਵੀ ਸਾਡੇ ਨਾਲ ਤੱਕਾ ਹੋ ਰਿਹਾ ਸੀ ਸਮਝਦੇ ਆਂ ਨਾ ਕਈ ਚੀਜ਼ਾਂ ਦੇ ਉੱਤੇ ਹਿੰਦੁਸਤਾਨ ਦੇ ਵਿੱਚ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਆ ਸੋ ਇਹ ਡਿਸਕ੍ਰਿਮੀਨੇਸ਼ਨ ਅੱਜ ਤੋਂ ਨਹੀਂ ਹੋ ਰਹੀ ਇਹ ਬਾਬੇ ਨਾਨਕ ਦਾ ਫਲਸਫਾ ਜਦੋਂ ਉਹਨਾਂ ਨੇ ਫਲਸਫਾ ਦਿੱਤਾ ਉਦੋਂ ਤੋਂ ਹੋ ਰਹੀ ਆ। ਔਰ ਸਾਡੇ ਵਿੱਚ ਅਸੀਂ ਵੀ ਉੱਥੇ ਹੀ ਆਏ ਨਿਕਲ ਕੇ ਅਸੀਂ ਇਹਨਾਂ ਦੋਨਾਂ ਮਜ਼ਬਾਂ ਦੇ ਵਿੱਚੋਂ ਨਿਕਲ ਕੇ ਆਏ ਆ ਹੌਲੀ-ਹੌਲੀ। ਬਾਬਾ ਨਾਨਕ ਦੇ ਫਲਸਫੇ ਨੂੰ ਫਾਲੋ ਕਰਦੇ ਕਰਦੇ। ਸੋ ਇਹ ਫਲਸਫੇ ਨੂੰ ਉਹ ਦੋਨੇ ਰਿਲੀਜੀਅਨ ਕਦੇ ਵੀ ਪਰਵਾਹ ਨਹੀਂ ਕਰਨਗੇ। ਮੁਸਲਮਾਨ ਜਿਹੜਾ ਰਿਲੀਜੀਅਨ ਆ ਉਹ ਸੱਤਾਂ ਪਤਾਲਾਂ ਤੱਕ ਆ ਬਾਬਾ ਨਾਨਕ ਲੱਖਾਂ ਆਕਾਸ਼ਾਂ ਦੀ ਲੱਖਾਂ ਪਤਾਲਾਂ ਦੀ ਗੱਲ ਕਰਦਾ। ਹਿੰਦੂਇਸਮ ਕਰਮ ਕਾਂਡਾਂ 'ਚ ਫਸਿਆ ਬਾਬਾ ਨਾਨਕ ਸਾਨੂੰ ਇਹ ਕਰਮ ਕਾਂਡਾਂ ਚੋਂ ਕੱਢ ਕੇ ਕੇਵਲ ਇੱਕ ਨਾਮ ਦੇ ਅਭਿਆਸ ਦੀ ਗੱਲ ਕਰਦਾ ਬਾਕੀ ਹੋਰ ਕੋਈ ਭੇਖ ਕੋਈ ਕੋਈ ਨੇਮ ਕੋਈ ਵਰਤ ਕੋਈ ਕਰਮ ਕਾਂਡ ਬਾਬਾ ਨਾਨਕ ਸਭ ਰੱਦ ਕਰਦਾ ਸੋ ਇਹ ਉਹਨਾਂ ਨੇ ਕਦੇ ਵੀ ਪ੍ਰਵਾਨ ਨਹੀਂ ਕੀਤਾ ਪਿੱਛੇ ਜੇ ਆਪਾਂ ਅ ਸ਼ਬਦ ਪੜ੍ਹ ਕੇ ਆਏ ਸੀ ਕਾਇਆ ਬ੍ਰਹਮਾ ਮਨ ਹੈ ਤੋਤੀ ਉਹਦੇ ਚ ਆਪਾਂ ਧਾਰਮਿਕ ਚਿੰਨਾ ਦੀ ਗੱਲ ਕੀਤੀ ਸੀ ਅਜੀ ਮੈਂ ਵੀ ਬੜਾ ਸੰਕੋਚ ਕੇ ਚੱਲ ਰਿਹਾ ਪਰ ਤੁਸੀਂ ਤੁਸੀਂ ਬੜੇ ਲਾਇਕ ਹੋ ਕਿ ਤੁਸੀਂ ਉਹ ਭਾਵਨਾ ਨੂੰ ਫੜ ਲਨੇ ਹੋ ਸਮਝ ਲਨੇ ਹੋ ਪਰ ਹੌਲੀ ਹੌਲੀ ਆਪਾਂ ਜਿਉਂ-ਜਿਉਂ ਸ਼ਬਦ ਆਪਣੇ ਕੋਲ ਹੋਰ ਆਉਣਗੇ ਅਜੀ ਕ੍ਰਿਸ਼ਨਾਣ ਤਨ ਚੱਕਰ ਬਣਾਏ ਬਹੁਤ ਪਿਆਰਾ ਸ਼ਬਦ ਹੈ ਇਦਾਂ ਦੇ ਸ਼ਬਦ ਜਦੋਂ ਆਪਾਂ ਖੋਲਾਂਗੇ ਅੱਗੇ ਜਾ ਕੇ ਹੌਲੀ-ਹੌਲੀ ਮੈਨੂੰ ਪਤਾ ਨਹੀਂ ਵੀ ਜੇ ਆਪਾਂ ਸਾਰੇ ਇੱਥੇ ਪ੍ਰੈਜ਼ੈਂਟ ਰਵਾਂਗੇ ਕਿਉਂਕਿ ਗਿਣਤੀ ਜਿਹੜੀ ਆਪਣੀ ਇਹ 80 ਤੋਂ ਦੇਖ ਲਓ ਅੱਜ ਆਪਾਂ 13 ਤੇ ਬੈਠੇ ਆ। ਇਹ ਸਿਰਫ ਮਾਈਂਡਸੈਟ ਹੈ। ਮਾਈਂਡਸੈਟ ਜਿਹੜਾ ਗੁਰਬਾਣੀ ਤੇ ਅਮਲ ਕਰਨ ਨੂੰ ਕੋਈ ਤਿਆਰ ਨਹੀਂ ਹੈ। ਗੁਰਬਾਣੀ ਨੂੰ ਮੱਥੇ ਟੇਕਣ ਨੂੰ ਭਾਵੇਂ ਤੁਸੀਂ 100 ਵਾਰ ਕਹਿ ਦਿਓ ਮੱਥੇ ਟੇਕ ਹੀ ਜਾਓਗੇ। ਗੁਰਬਾਣੀ ਦਾ ਸਤਕਾਰ ਰਮਾਲੇ ਮਹਿੰਗੇ ਮਹਿੰਗੇ ਸਭ ਨੂੰ ਪਤਾ ਸਭ ਨੂੰ ਪਤਾ ਇਸ ਗੱਲ ਤੋਂ ਕੋਈ ਨਾ ਮੰਨਕਰ ਹੋਇਓ ਵੀ ਉੱਥੇ ਦਰਬਾਰ ਸਾਹਿਬ ਚ ਢਾਈ ਢਾਈ ਤਿੰਨ ਤਿੰਨ ਲੱਖ ਦੇ ਰਮਾਲੇ ਚੰਨਲੀਆਂ ਸੈੱਟ ਲੱਗਦੇ ਆ ਹੁਣ ਗਰੀਬ ਬੰਦਾ ਜਿਹੜਾ ਆਮ ਕੋਈ ਰੱਖਸ਼ਾ ਵੋਣ ਵਾਲਾ ਕੋਈ ਗੱਡਾ ਗੇੜ ਚਲਾਉਣ ਵਾਲਾ ਕੋ ਮਜ਼ਦੂਰੀ ਉਹ ਕਿੱਥੋਂ ਇਹ ਸੇਵਾ ਕਰ ਲੋ ਇਹ ਸੇਵਾ ਕਰਕੇ ਥੋੜਾ ਅਸੀਂ ਸੱਚਖੰਡ ਚ ਜਾਣਾ ਉਹ ਇੰਨੀ ਮਿਹਨਤ ਦੀ ਗਾੜੇ ਪਸੀਨੇ ਦੀ ਕਮਾਈ ਐਦਾਂ ਲਾ ਦੇ हां हां कमाई ला सकदे हो जदौ ਤੁਹਾਡੀ ਇੱਕ ਅਵਸਥਾ ਬਣ ਗਈ ਨਾਮ ਜਪ ਕੇ ਕਿ ਤੁਹਾਨੂੰ ਇਹ ਲੱਗੇ ਕਿ ਮੇਰੇ ਕੋਲ ਆ ਚੀਜ਼ ਐਸ ਕੰਮ ਵਾਸਤੇ ਵੀ ਵਰਤੀ ਜਾ ਸਕਦੀ ਹੈ ਮੇਰੇ ਕੋਲ ਪੈਸਾ ਵਧੂ ਹੈ ਮੈਂ ਐਸ ਕੰਮ ਵਾਸਤੇ ਦੇ ਸਕਦਾ ਹਾਂ ਦੇ ਦਿਓ ਕੋਈ ਇਤਰਾਜ਼ ਨਹੀਂ ਲੇਕਿਨ ਉਹ ਇੱਕ ਮਹਿਜ਼ ਕਰਮकांड ਤੋਂ ਸਿਵਾਏ ਕੁਝ ਵੀ ਨਹੀਂ ਹੈ ਇਸ ਗੱਲ ਨੂੰ ਮੰਨ ਲਓ ਮੈਂ ਇਸ ਗੱਲ ਨੂੰ ਕਹਿ ਰਿਹਾ ਮੈਨੂੰ ਕੋਈ ਡਰ ਨਹੀਂ ਹੈ ਕਿਉਂਕਿ ਇਹ ਅਸਲੀਅਤ ਹੈ ਲੱਖਾਂ ਰੁਪਈਆ ਦੀ ਦੀਗ ਆਪਾਂ ਛੱਕ ਜਾਨੇ ਸਾਰੇ ਰੋਲ ਮਿਲ ਕੇ ਥੋੜੀ 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 ਦੀ ਲੱਖਾਂ ਰੁਪਈਆ ਦੀ ਦੀਗ ਛੱਕ ਜਾਨੇ ਆਪਾਂ ਲੱਖਾਂ ਰੁਪਈਆ ਦਾ ਜਿਹੜਾ ਭੋਜਨ ਹੈ ਅਸੀਂ ਦੁਨੀਆ ਨੂੰ ਸਾਡੀ ਕੌਮ ਵੰਡੀ ਜਾ ਰਹੀ ਹੈ ਇਹ ਸਾਨੂੰ ਉਹਨਾਂ ਨੇ ਗਲਤ ਕਨਸੈਪਟ ਸਾਡੇ ਅੰਦਰ ਦ੍ਰਿੜ ਕਰਵਾਤੇ ਐਸਾ ਗਿਆਨ ਉਹਨਾਂ ਨੇ ਜਿਹੜੇ ਬ੍ਰਾਹਮਣ ਟੀਚਰ ਸੀ ਜਾਂ 사ਦਕ ਲੋਕ ਸੀ ਜਿਹੜੇ ਮੁਸਲਮਾਨੀ ਤਰੀਕੇ ਦੇ ਨਾਲ ਕਾਜ਼ੀ ਜਾਂ ਜਿਨ੍ਹਾਂ ਨੂੰ ਮੁੱਲਾ ਕਹਿ ਦਿੰਦੇ ਆ ਉਹਨਾਂ ਨੇ ਐਸ ਚੀਜ਼ ਨੂੰ ਇਸ ਤਰ੍ਹਾਂ ਪ੍ਰਚਾਰ ਦਿੱਤਾ ਕਿ ਸਾਨੂੰ ਲੱਗਿਆ ਵੀ ਇਹ ਚੀਜ਼ ਕਰਨੀ ਬੜੀ ਜ਼ਰੂਰੀ ਹੈ ਉਹ ਪੰਜ ਪੰਜ ਵਾਰ ਨਮਾਜ਼ਾਂ ਕਰਦੇ ਐ ਮੁਸਲਮਾਨ ਪੰਜ ਵਾਰ ਹੀ ਕਰਦੇ ਸਾਰਾ ਕੁਝ ਅਸੀਂ ਵੀ ਪੰਜ-ਪੰਜ ਚੀਜ਼ਾਂ ਚੁਣ ਲਈਆਂ ਵੀ ਸਾਰਾ ਕੁਝ ਪੰਜ-ਪੰਜ ਹੀ ਸਾਡਾ ਸਾਰਾ ਕੁਝ ਠੀਕ ਹੈ ਨਾ ਇਹ ਚੀਜ਼ ਨੂੰ ਕੰਪੇਅਰ ਕਰਾਂਗੇ ਅੱਗੇ ਜਾ ਕੇ ਜਿੰਨੀ-ਜਿੰਨੀ ਤੌਫੀਕ ਅਕਾਲਪੁਰਖ ਬਖਸ਼ੀ ਜਾਊਗਾ ਉਹ ਸਾਰੀ ਆਪਾਂ ਸਾਂਝ ਇੱਥੇ ਪਾਈ ਜਾਵਾਂਗੇ ਜੇ ਆਪਾਂ ਅਜ ਘਾਟਾਂ ਕੋਈ ਫਰਕ ਨਹੀਂ ਆ ਚੈਨਲ ਤੇ ਸਾਰਾ ਰਿਕਾਰਡ ਕਰਕੇ ਅਸੀਂ ਪਾ ਦੇਣਾ ਇਹ ਜਿਉਂ-ਜਿਉਂ ਕਿਸੇ ਨੇ ਸੁਣਨਾ ਕੱਲ ਨੂੰ ਸੁਣਨਾ 2 ਸਾਲ ਨੂੰ ਸੁਣਨਾ ਜਿਉਂ-ਤਿਉਂ ਉਹਦੇ ਅੰਦਰ ਇਹ ਅਸਰ ਇਹਦਾ ਜਾਊਗਾ ਚੀਜ਼ ਦਾ ਔਰ ਤਿਉ ਤਿਉ ਬੰਦਾ ਜਿਉਂ-ਜਿਉ ਭਗਤੀ ਕਰੂਗਾ ਗੁਰਮਾਣੀ ਨੂੰ ਪੜ ਪੜ ਕੇ ਸਮਝ ਸਮਝ ਕੇ ਤਿਉ ਤਿਉ ਇਸ ਚੀਜ਼ ਦੀ ਪ੍ਰਾਪਤੀ ਜਿਹੜੀ ਆ ਉਹ ਮਨੁੱਖ ਕਰਦਾ ਜਾਊਗਾ ਸੋ ਇਹ ਚੀਜ਼ ਨੂੰ ਆਪਾਂ ਖੋਲਾਂਗੇ ਜ਼ਰੂਰ ਹਲੇ ਮੈਂ ਸਿਰਫ ਸੰਕੋਚ ਕੇ ਥੋੜੇ ਲਫ਼ਜ਼ਾਂ ਤੁਹਾਨੂੰ ਜਵਾਬ ਦੇ ਰਿਹਾ ਮੇ ਇਹ ਚੀਜ਼ ਸਾਡੇ ਸਾਹਮਣੇ ਜ਼ਰੂਰ ਆਉਣੀ ਹੈ ਜੀ ਪਿਕਚਰ ਸਾਡੇ ਸਾਹਮਣੇ ਜ਼ਰੂਰ ਆਉ ਥੈਂਕ ਯੂ ਹਾਂਜੀ ਹੋਰ ਕਿਸੇ ਸੱਜਣ ਨੇ ਜੇ ਇਹ ਕੋਈ ਵਿਚਾਰ ਦੇਣੇ ਆ ਤੇ ਉਹ ਦੇ ਸਕਦਾ ਇੱਕ ਟੂ-ਵੇ ਸਿਸਟਮ ਆਪਾਂ ਗੱਲਾਂ ਕਰਨ ਦਾ ਤੈਉਂ ਟਾਈਮ ਲਾਈਦਾ ਵੀ ਕੋਈ ਭੁਲੇਖਾ ਨਾ ਰਹਿ ਜੇ ਆਪਾਂ ਮਨ ਨੂੰ ਬਿਲਕੁਲ ਕਲੀਅਰ ਕਰ ਲਈਏ ਮਾਈਂਡ ਸੈਟ ਬਿਲਕੁਲ ਅਸੀਂ ਗੁਰਬਾਣੀ ਦੇ ਅਕੋਰਡਿੰਗਲੀ ਆਪਣਾ ਬਣਾਈਏ ਹਾਂਜੀ ਵੀਰ ਜੀ ਆਈ ਥਿੰਕ ਮਾਈ ਸੈਲਫ ਇੰਪੋਜ਼ਡ ਮਾਈਂਡ ਸੈਟ ਹੈਗਾ ਸੈਲਫ ਇੰਪੋਜ਼ਡ ਹਾਂਜੀ ਲਿਮਿਟੇਸ਼ਨ ਲਾਈਆਂ ਨੇ ਹਾਂਜੀ ਹਾਂਜੀ ਉਹ ਸਾਨੂੰ ਉਹਨਾਂ ਚੀਜ਼ਾਂ ਦੇ ਵਿੱਚ ਰਲੌਣ ਵਾਸਤੇ ਉਹਨਾਂ ਨੇ ਕਰ ਦਿੱਤਾ